ਸ਼ਰੇ ਪੰਜਾਬ 600 FM ਤੇ ਨਿੱਗਾ ਹਾਰਦਿਕ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ 10:00 ਦੇ 11 ਮਿੰਟ ਹੋਏ ਨੇ 13 ਫਰਵਰੀ ਦਾ ਦਿਨ ਹੈ ਬਰਾ 2000 23 ਦਾ ਸੋਮਵਾਰ ਹੈ ਇੱਕ ਫਗਣ ਨਨਖੇ ਸੰਮਤ 554 ਨਿੱਗਾ ਹਾਰਦਿਕ ਸਵਾਗਤ ਹੈ ਸੰਗਰਾਦ ਹੈ ਅੱਜ ਨਾਲੇ ਦੁਨੀਆ ਦੇ ਵਿੱਚ ਰੇਡੀਓ ਦਾ ਦਿਨ ਅੱਜ ਮਨਾਇਆ ਜਾ ਰਿਹਾ ਹੈ ਤੇ ਅੱਜ ਖੁੱਲੀਆਂ ਗੱਲਾਂ ਤੁਹਾਡੇ ਨਾਲ ਹੋਣਗੀਆਂ ਚਲ ਰਹੀ ਹੈ ਤੀਸਰੀ ਕੜੀ ਸ਼ੰਕੇ ਤੇ ਸਮਾਧਾਨ ਕੀਨੇ ਉਹਨਾਂ ਦੇ ਕਿਉਂਕਿ ਇੱਕ ਪੱਖ ਬਾਹਰ ਬੜਾ ਪ੍ਰਚਾਰਿਆ ਜਾ ਰਿਹਾ ਸੀ ਜਿਹੜਾ ਦਸਮ ਗ੍ਰੰਥ ਦੇ ਖਿਲਾਫ ਗੱਲ ਹੈ ਉਦੋਂ ਬਿਨਾ ਹੱਕ ਵਾਲੀ ਗੱਲ ਬਹੁਤ ਘੱਟ ਸੀ ਐਟਲੀਸਟ ਸਾਨੂੰ ਪਤਾ ਤਾਂ ਲੱਗੇ ਸੁਣਨ ਵਾਲਿਆਂ ਨੂੰ ਨਿਰਣਾ ਨਹੀਂ ਅਸੀਂ ਕਰਨਾ ਨਿਰਣਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣਾ ਚਾਹੀਦਾ ਅਸੀਂ ਜਾਣਕਾਰੀ ਦੇ ਵਿੱਚ ਕਿਵੇਂ ਵਾਅਦਾ ਕਰ ਸਕਦੇ ਆ ਇਹ ਹੀ ਮਨੋਰਥ ਆ ਆਪਣੇ ਪ੍ਰੋਗਰਾਮ ਦਾ ਮੇਰੀ ਨਿੱਜੀ ਉਤਸੁਕਤਾ ਸੀ ਵੀ ਪਤਾ ਤਾਂ ਲੱਗੇ ਕਿਉਂਕਿ ਆਪ ਨਹੀਂ ਜਦ ਤੱਕ ਪੜਿਆ ਪੜਿਆਂ ਤੂੰ ਤਾਂ ਸੁਣੀਏ ਵੀ ਹੈ ਕੀ ਤੇ ਬਾਕੀ ਦੂਸਰਾ ਪੱਖ ਤਾਂ ਤੁਸੀਂ ਬਹੁਤ ਸੁਣਦੇ ਹੀ ਹੋ YouTube ਤੇ ਤੇ ਰੇਡੀਓ ਤੇ ਲਗਾਤਾਰ ਗੱਲਾਂ ਉਹਦੀਆਂ ਚਲਦੀਆਂ ਰਹਿੰਦੀਆਂ ਨੇ ਸਬਾ ਤਨੀ ਇੰਤ ਸੇ ਵਾਹ ਤਨੀ ਇੰਤਰੀ ਨਰਬਾ ਔਰ ਬੀਬੀ ਨਾਲ ਨਾਲ ਬੋਲੀ ਫਿਰਖਾਂ ਦੇ ਵਰਗੇ ਜਿਨ੍ਹਾਂ ਦੇ ਰਵੱਈਏ ਆਵਾਰਾ ਜ਼ਮੀਨਾਂ ਦੇ ਮੌਜੀ ਗਵਈਏ ਕਮੱਕੜ ਕਲੰਦਰ ਕਵੀ ਕਾਸ਼ਨੀ دل ਇਸ਼ਾਰੇ ਨਾਲ ਸੱਦੀਏ ਅਦਾ ਨਾਲ ਬੁਲਾਈਏ ਜ਼ੁਲਫਾ ਦੇ ਛਲੇ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕ ਕਿੱਥੇ ਤੱਕ ਕਿੱਥੇ ਲੁਕਾਈਏ ਇਹ ਰੋਈਆਂ ਤੇ ਬੇਲੇ ਤਾਰੀਖਾਂ ਪੜਨਗੇ ਜੇ ਲਸ਼ਕਰ ਤੁਰੇਗਾ ਤਾਂ ਤਾਰੇ ਚੜਨਗੇ ਹਰਕਤ ਚੋ ਲੱਥੇ ਕੀ ਬਰਕਤ ਬੇ ਵੀ ਬਾ ਤੀਰਾਂ ਨੂੰ ਘੜੀਏ ਨਿਸ਼ਾਨੇ ਲਗਾਈਏ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕ ਕਿੱਥੇ ਤੱਕ ਕਿੱਥੇ ਲੁਕਾਈਏ ਕੱਚੀ ਜਿਹੀ ਧੁੱਪ ਦਾ ਕੋਈ ਓਢਣ ਚਰਾ ਕੇ ਗੁੰਮ ਗਈਆਂ ਕੁੜੀਆਂ ਵੀ ਘਗਰੇ ਕਮਾ ਕੇ ਨਾਗਾਂ ਦੇ ਨੈਣਾ ਚ ਲਿਸ਼ਕਣ ਗਿੱਦੇ ਗੁਲਾਈਏ ਸੁਰਾਹੀਏ ਨਹੀਂ ਹਵਾ ਹਵਾਈਏ ਜ਼ੁਲਫਾਂ ਦੇ ਛਲੇ ਫਕੀਰਾਂ ਦੇ ਜ਼ੇਵਰ ਖੇਤਾਂ ਦੇ ਮੰਦਰ ਉਹ ਸਾਵੇ ਸਬਰ ਨੇ ਕਿਲਿਆਂ ਚੋਂ ਵਹਿੰਦੇ ਸਿੱਕੇ ਸੰਦੇ ਚਰਨੇ ਕਣਕਾਂ ਵਿੱਚੁੱਪਨੇ ਤੇ ਅਣਖਾਂ ਵਿੱਚੁੱਪਨੇ ਚੜ ਗਈਆਂ ਧੁੱਪਾਂ ਤੋਂ ਕੀ ਕੀ ਸਿਪਾਈਏ ਜ਼ੁਲਫਾਂ ਦੇ ਛਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕ ਕਿੱਥੇ ਤੇ ਕਿੱਥੇ ਲੁਕਾਈਏ ਅੱਗਾ ਕਿਉਂ ਲਾਵੇ ਕਿਉਂ ਪਾਣੀ ਨੂੰ ਵੰਡੇ ਮਿੱਠਤ ਜ਼ਬਾਨਾਂ ਦੀ ਟੁੱਟੀ ਨੂੰ ਗੰਡੇ ਗੌਤਮ ਦੇ ਨੈਣਾਂ ਨੂੰ ਬੁੱਧਾਂ ਦੇ ਬਹਿਣਾ ਨੂੰ ਚੇਤੇ ਚ ਰੱਖੀਏ ਤੇ ਗੀਤਾਂ ਚ ਗਾਈਏ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕ ਕਿੱਥੇ ਤੱਕ ਕਿੱਥੇ ਲੁਕਾਈਏ ਨਵੇਲੀ ਹੈ ਅੱਖ ਵੀ ਨਵੇਲਾ ਹੈ ਸੁਰਮਾ ਆਥਣ ਨੂੰ ਸੂਰਜ ਨੇ ਪੱਤਣਾ ਤੇ ਖੁਰਨਾ ਸਲਾਮਤ ਰਹੂ ਪਾਤਸ਼ਾਹੀ ਜ਼ਮੀਨ ਦੀ ਆਜਾ ਇਸ ਭਲੇਖੇ ਦਾ ਧੂਣਾ ਤਪਾਈਏ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕ ਕਿੱਥੇ ਤੱਕ ਕਿੱਥੇ ਲੁਕਾਈਏ ਧੂੜਾਂ ਦੇ ਬੱਦਲ ਜੋ ਟਕਰੇ ਨਿਗਾਹ ਨੂੰ ਇਹ ਕਿਸ ਦੇ ਨੇ ਘੋੜੇ ਜੋ ਪਿੰਜਣ ਹਵਾ ਨੂੰ ਹੈ ਲਾਜ਼ਮ ਕਿ ਗੁਜ਼ਰੀ ਦਾ ਬੇਟਾ ਹੀ ਹੋਣਾ ਉਹਦੀ ਆਸ਼ਕੀ ਦਾ ਅੰਦਾਜ਼ਾ ਕੀ ਲਾਈਏ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕ ਕਿੱਥੇ ਤੱਕ ਕਿੱਥੇ ਲੁਕਾਈਏ ਵਿਰਖਾਂ ਦੇ ਵਰਗੇ ਜਿਨ੍ਹਾਂ ਦੇ ਰਵਈਏ ਆਵਾਰਾ ਜ਼ਮੀਨਾਂ ਦੇ ਮੌਜੀ ਗਵਈਏ ਕਮੱਕੜ ਕਲੰਦਰ ਕਵੀ ਕਾਸ਼ ਨੀਦਲ ਇਸ਼ਾਰੇ ਨਾ ਸਦੀਏ ਅਦਾ ਨਾ ਬੁਲਾਈਏ ਜ਼ੁਲਫਾਂ ਦੇ ਛੱਲੇ ਫਕੀਰਾਂ ਦੇ ਜ਼ੇਵਰ ਦੱਬੀਏ ਤੱਕ ਕਿੱਥੇ ਤੱਕ ਕਿੱਥੇ ਲੁਕਾਈਏ ਹਰਮਨ ਲਿਖਦਾ ਹੈ ਹਰਮਨਜੀਤ ਖਿਆਲਾ ਕਲਾ ਮਾਨਸੇ ਦੇ ਨੇੜੇ ਪਿੰਡਾਂ ਤੇ ਰਾਣੀ ਤਤ ਕਿਤਾਬ ਦਾ ਨਾਮ ਹੈ ਸੋਹਲੇ ਧੂੜ ਮਿੱਟੀ ਕੇ ਦਸਮ ਗ੍ਰੰਥ ਦੇ ਬਾਰੇ ਤੀਸਰੀ ਇਹ ਸੈਗਮੈਂਟ ਹੈ ਸਾਡੀ ਉਹਨਾਂ ਦੀ ਇੱਕ ਕਿਤਾਬ ਹੈ ਜਿਸ ਨੂੰ ਪੜਨ ਤੋਂ ਬਾਅਦ ਫੇਰ ਮਨ ਦੇ ਵਿੱਚ ਉਤਸੁਕਤਾ ਹੋਈ ਕਿਉਂਕਿ ਕਿਤਾਬ ਪੜ ਸਕਦੇ ਹੋ ਤੁਸੀਂ ਪਰ ਕਿਤਾਬ ਦਾ ਜਿਹੜਾ ਰਚੇਤਾ ਹੈ ਉਹ ਤੁਹਾਨੂੰ ਖੁੱਲ੍ਹ ਕੇ ਦੱਸ ਸਕਦਾ ਹੈ ਸ਼ੁਰੂਆਤ ਦੇ ਦਿਨ ਦੇ ਦਿਨ ਵੀ ਮੈਂ ਕਿਹਾ ਸੀ ਪਰ ਮੈਨੂੰ ਇਸ ਤਰ੍ਹਾਂ ਨਹੀਂ ਸੀ ਇਹਦੇ ਬਾਰੇ ਕਿ ਐਨੀ ਉਤਸੁਕਤਾ ਹੋਏਗੀ ਨਿਊਯਾਰਕ ਤੋਂ ਆਸਟ੍ਰੇਲੀਆ ਤੋਂ ਹੋਰ ਯੂਰਪ ਦੇ ਤੇ ਲੋਕਲ ਬਹੁਤ ਤੁਹਾਡੇ ਫੋਨਸ ਆਏ ਬਈ ਸਾਨੂੰ ਪਤਾ ਤਾਂ ਹੋਵੇ ਕਿਉਂਕਿ ਅਸੀਂ 95% ਉਹ ਆ ਜਿਨ੍ਹਾਂ ਨੇ ਦਸਮ ਗ੍ਰੰਥ ਤਾਂ ਦੂਰ ਹਲੇ ਗੁਰੂ ਗ੍ਰੰਥ ਸਾਹਿਬ ਜੀ ਨੇ ਪੜਿਆ ਬਦਕਿਸਮਤੀ ਹੈ ਮੈਂ ਇਹ ਗੱਲ ਨਾਲ ਐਕਸੈਪਟ ਕਰਾਂ ਮੈਂ ਵੀ ਤੁਹਾਡੇ ਚੋਂ ਆ ਬਦਕਿਸਮਤੀ ਹੈ ਬਾੜੀਆਂ ਜਿਹੜੀਆਂ ਪੰਜ ਨੇ ਨਿਤਨੇਮ ਦੀਆਂ ਉਹ ਵੀ ਤੁਸੀਂ ਆਪਾਂ ਛੱਡ ਰਹੇ ਆ ਜ਼ਿੰਦਗੀ ਤੇਜ਼ ਇੰਨੀ ਹੋ ਗਈ ਵੀ ਚਲੋ ਗੱਡੀ ਚਲਾ ਲਓ ਕੰਨਾ ਚਲਾ ਲਓ ਤੁਰਨ ਵੇਲੇ ਸੁਣ ਲਓ ਪਰ ਇਹ ਸਾਰੀਆਂ ਚੀਜ਼ਾਂ ਦਾ ਸਹਿਜ ਆ ਬੈਠ ਕੇ ਜਾਂ ਤੁਸੀਂ ਚੌਂਕੜਾ ਮਾਰ ਕੇ ਪੜਨਾ ਉਹ ਚੀਜ਼ ਆ ਔਰ ਇੱਥੇ ਇੱਕ ਮੈਂ ਕਲੀਅਰ ਕਰ ਦਮਾ ਜਿਹੜੀ ਇਨਸਾਨ ਨੇ ਇਨਸਾਨ ਆਮ ਜਿਹੜਾ ਚੁੰਡੀ ਨਹੀਂ ਪੜਾਉਂਦਾ ਉਹਨੇ ਜਦ ਆਰਿਆਂ ਦੇ ਥੱਲੇ ਸਿਰ ਦੇਣੇ ਨੇ ਨਾ ਤੇ ਜੀਪਾਂ ਨਾਲ ਬੰਨ ਬੰਨ ਕੇ ਲੱਤਾਂ ਵਾਲਦਿਆਂ ਖਿੱਚ ਕੇ ਗੱਬਿਓ ਪਾੜਿਆ ਜਾਣਾ ਉਹ ਬਾਣੀ ਦੀ ਉਹ ਤਾਕਤ ਹੈ ਇਨਸਾਨ ਨਹੀਂ ਕਰ ਸਕਦਾ ਇਹ ਮੰਨਣੀ ਪਊਗਾ ਔਰ ਉਹ ਜਿਹੜੀ ਤੁਹਾਡੀ ਇੱਕ ਅਕਾਲੀ ਰੌ ਰੀਤ ਹੈ ਇੱਕ ਸਪਿਰਿਟ ਹੈ ਜਿਹੜੀ ਉਦਾ ਸਰੋਤ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਉਸ ਤੋਂ ਅੱਗੇ ਦਸਮ ਗ੍ਰੰਥ ਸਾਹਿਬ ਦੇ ਨਾਲ ਗੱਲ ਚੱਲਦੀ ਹੈ ਸੋ ਇਹਨਾਂ ਦੀ ਕਿਤਾਬ ਸਰਾਰ ਸਾਹਿਬ ਦੀ ਸੰਤ ਸਪਾਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਬਦ ਮੂਰਤ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਸੰਕੇਤ ਸਮਾਦਾਨ ਇਹ ਕਿਤਾਬ ਯਾਰਕ ਸੈਂਟਰ ਦੇ ਵਿੱਚ ਇੰਡੀਅਨ ਬੁੱਕ ਇੰਡੀਆ ਇੰਡੀਆ ਬੁੱਕ ਉੱਥੋਂ ਮਿਲਦੀ ਹੈ ਤੇ ਇਹ ਗੱਲਬਾਤ ਸ਼ੁਰੂ ਕਰਦੇ ਸੇਖੋ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਮੇਰਾ ਮੰਨਤਾ ਸੀ ਉੱਥੇ ਹੀ ਜਾਣਦਾ ਜਿਹਦੇ ਬਾਰੇ ਗੱਲਾਂ ਬਹੁਤ ਹੁੰਦੀਆਂ ਚਰਿਤ੍ਰ ਉਪਖਿਆਨ ਦੇ ਬਾਰੇ ਪਰ ਉਸ ਤੋਂ ਪਹਿਲਾਂ ਦਸਮ ਗ੍ਰੰਥ ਦੇ ਵਿੱਚ ਕਾਲਕਾ ਜੀ ਬਾਰੇ ਸ਼ਬਦ ਦੇ ਬਾਰੇ ਇਹ ਮੂਰਤੀ ਦੇ ਨਾਲ ਇਹਨੂੰ ਆਈਡਿਅਲਿਜ਼ਮ ਦੇ ਨਾਲ ਇਸ ਦੇ ਜਿਹੜੇ ਵਿਰੋਧੀ ਨੇ ਉਹ ਜੋੜ ਕੇ ਦੇਖਦੇ ਨੇ ਇੱਥੋਂ ਮੈਂ ਸ਼ੁਰੂ ਕਰਨਾ ਜਿਹੜਾ ਉਹ ਸੰਕੇਤ ਆ ਉਹ ਕੀ ਹੈ ਹਾਂਜੀ ਜੇ ਤੁਸੀਂ ਨਹੀਂ ਮਾਈਂਡ ਕਰਦੇ ਮੈਂ ਪਿਛਲੇ ਸੈਗਮੈਂਟਾਂ 'ਚ ਜੋ ਕੁਝ ਆਪਾਂ ਗੱਲਬਾਤ ਕੀਤੀ ਸੀ ਉਹ 'ਚ ਦੋ ਤਿੰਨ ਹੋਰ ਥੋੜੀ ਚੰਨਣਾ ਜ਼ਰੂਰ ਕਰੋ ਜ਼ਰੂਰ ਕਰੋ ਜ਼ਰੂਰ ਕਰੋ ਉਹ ਤੋਂ ਪਹਿਲਾਂ ਇੱਕ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਇੰਡੀਆ ਜਾ ਰਹੇ ਨੇ ਐਤਕੀ ਉਹ ਸਮਾਂ ਕੱਢ ਕੇ ਦਰਬਾਰ ਸਾਹਿਬ ਜ਼ਰੂਰ ਜਾਣ ਹੂੰ ਉੱਥੇ ਸਰੋਵਰ ਦੇ ਕਿਨਾਰੇ ਖਲੋ ਜਾਣ ਜਿੱਥੋਂ ਉਹ ਫਰੰਟ ਵਾਲ ਦੇਖ ਸਕਣ ਦਰਬਾਰ ਸਾਹਿਬ ਦੀ ਜਿਹੜੇ ਪਾਸਿਓਂ ਅਸੀਂ ਐਂਟਰ ਹੁੰਨੇ ਆਂ ਕੰਟਾ ਘਰ ਵਾਲੇ ਪਾਸਿਓਂ ਆਹ ਹਾਂਜੀ ਨਹੀਂ ਨਹੀਂ ਜਿਹੜੇ ਜਦੋਂ ਇੰਟਰ ਹੋਣਾ ਜਿਹੜੇ ਦਰਵਾਜ਼ੇ ਦੇ ਉੱਪਰ ਲੱਗੀ ਹੋਈ ਹੈ ਹਾਂਜੀ ਉੱਪਰ ਚਾਰ ਖਿੜਕੀਆਂ ਦੇਖਣਗੀਆਂ ਜਿਹੜੀ ਮਿਡਲ ਵਾਲੀ ਖਿੜਕੀ ਹੈ ਉਹਦੇ ਉੱਪਰ ਜਿਹੜਾ ਅੱਧਾ ਚੱਕਰ ਹੈ ਉਹਦੇ ਵਿੱਚ ਇੱਕ ਤਸਵੀਰ ਲੱਗੀ ਹੋਈ ਹੈ ਚਾਹੇ ਤਾਂ ਦੂਰਬੀ ਨਾਲ ਆ ਜਾ ਸਕਦੇ ਹੋ ਚਾਹੇ ਸੈਲਫੋਨਾਂ ਦੇ ਕੈਮਰੇ ਅੱਜਕੱਲ ਕਾਫੀ ਸਟਰੋਂਗ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਉਹਦੇ ਉੱਪਰ ਦੇਖਣਗੇ ਕਿ ਇੱਕ ਤਾਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਉੱਕਰੀ ਹੋਈ ਹੈ ਉਹਨਾਂ ਨੇ ਇੱਕ ਪਾਸੇ ਭਾਈ ਬੱਲਾ ਜੀ ਨੇ ਦੂਜੇ ਪਾਸੇ ਭਾਈ ਮਰਦਾਨਾ ਜੀ ਨੇ ਉਸੇ ਤਰ੍ਹਾਂ ਸੋਨੇ ਦੀ ਝਾਲ ਉੱਪਰ ਚੜ੍ਹੀ ਹੋਈ ਹੈ ਸੋ ਇਹ ਇੱਕ ਬਹੁਤ ਵੱਡਾ ਸਬੂਤ ਹੈ ਪਾਈ ਬਾਲਾ ਜੀ ਦੀ ਹੋਣ ਦਾ ਤੇ ਇਹ ਪ੍ਰਾਤਨ ਜਿਹੜੀ ਹੈ ਗੁਰਦੁਆਰੇ ਸੀਗੇ ਉਹਨਾਂ ਦੇ ਉੱਪਰ ਵੀ ਕਈ ਤਸਵੀਰਾਂ ਹੁੰਦੀਆਂ ਸੀ ਸੋ ਇਹਨੂੰ ਚੀਜ਼ ਨੂੰ ਖਤਮ ਕਰਨ ਲਈ ਅੱਜ ਇਹ ਪ੍ਰਚਾਰ ਹੋ ਰਿਹਾ ਕਿ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਨਹੀਂ ਲਾਉਣੀਆਂ ਚਾਹੀਦੀਆਂ ਜਦ ਕਿ ਅਸੀਂ ਆਪਣੀਆਂ ਤਸਵੀਰਾਂ ਖੁੱਲ੍ਹ ਕੇ ਲਾਉਨੇ ਆਂ ਹਾਂਜੀ ਤਸਵੀਰ ਜਿਹੜੀ ਹੁੰਦੀ ਆ ਉਹ ਇੱਕ ਤਾਂ ਗਵਾਹੀ ਵੀ ਭਰ ਜਾਂਦੀ ਏ ਦੂਸਰਾ ਉਹ ਤੁਹਾਨੂੰ ਉਸ ਸਮੇਂ ਦਾ ਜਿਹੜਾ ਇਤਿਹਾਸ ਆ ਉਹ ਦਰਸਾ ਦਿੰਦੀ ਏ ਹਾਂਜੀ ਇਹ ਤੋਂ ਬਾਅਦ ਚ ਜੇ ਅਕਾਲ ਤਖਤ ਸਾਹਿਬ ਜਾਣਗੇ ਉੱਥੇ ਦੇਖਣਗੇ ਤੇ ਸਾਹਮਣੇ ਸ਼ਸ਼ਤਰਾਂ ਦਾ ਪ੍ਰਕਾਸ਼ ਹੋਵੇਗਾ ਸੱਜੇ ਪਾਸੇ ਜੋ ਤਖਤਾਂ ਦੀ ਮर्यादा ਉਸੇ ਤਰ੍ਹਾਂ ਹੀ ਆਦ ਗੁਰਗ੍ਰਾਸ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਲੇਕਿਨ ਜਿਹੜਾ ਖੱਬਾ ਪਾਸਾ ਆ ਜਿੱਥੇ ਦਸਮ ਗੁਰਗ੍ਰਾਸ ਸਾਹਿਬ ਜੀ ਹੋਣੇ ਚਾਹੀਦੇ ਨੇ ਉਹ ਫਿਰ ਇੱਕ ਕਿਸਮ ਦਾ ਉਹ ਜਗ੍ਹਾ ਭਰੀ ਹੋਈ ਦਿਖਾਉਣ ਲਈ ਉੱਥੇ ਕੀਰਤਨੀ ਸਿੰਘ ਬਿਠਾ ਦਿੱਤੇ ਜਾਂਦੇ ਨੇ ਹਾਂਜੀ ਇਹ ਸਾਨੂੰ ਹੁਣ ਵੀ ਮਤਲਬ ਸਬੂਤ ਅਸੀਂ ਦੇਖ ਸਕਦੇ ਆ ਕਿਹੜੇ ਸੰਤਕ ਪ੍ਰਕਾਸ਼ ਰਹੇ ਜੀ ਉੱਥੇ ਇਹ 1920 ਤੱਕ ਤਾਂ ਪੱਕੇ ਹੀ ਰਹੇ ਆ ਜੀ ਹਾਂਜੀ ਫਿਰ ਮਤਲਬ ਹੋ ਜਾਂਦੇ ਸੀ ਪ੍ਰਕਾਸ਼ ਛਕਾ ਦਿੰਦੇ ਸੀ ਕਿਤੇ ਨਾ ਕਿਤੇ ਇਹ سلسلہ ਪੰਜਾਬੀ ਸੂਬਾ ਜਦੋਂ ਕ ਪਾਣ ਦਾ ਉਦੋਂ ਤੋਂ ਪਹਿਲਾਂ ਤੱਕ ਚੱਲਦਾ ਹੀ ਰਹਿੰਦਾ ਨਹੰਗ ਸਿੰਘਾਂ ਤੋਂ ਵੀ ਸੁਣਦੇ ਹਾਂ 1960 ਵੀ ਕਹਿੰਦੇ ਆ ਉਹ ਹਾਂਜੀ ਵੀ ਉਦੋਂ ਵੀ ਪ੍ਰਕਾਸ਼ ਹੋਇਆ ਸੋ ਇਹ ਸਰਗਰਮੀ ਰਹੀ ਆ ਦੋਵੇਂ ਤਰ੍ਹਾਂ ਵੱਲੋਂ ਤੇ ਇੱਕ ਸਾਨੂੰ ਜੌਨ ਵੈਲਕਮ ਦਾ ਬਹੁਤ ਵਧੀਆ ਸਬੂਤ ਮਿਲਦਾ ਜੌਨ ਵੈਲਕਮ ਸਾਡੇ ਤੋਂ ਬਹੁਤ ਪ੍ਰਭਾਵਿਤ ਹੁੰਦਾ ਆਪਣੀ ਕਿਤਾਬ ਲਿਖਦਾ ਉਹ 1812 ਚ ਛਪਦੀ ਆ ਜਿਸ ਦਾ ਨਾਮ ਹੈ ਦ ਸਕੈਚ ਆਫ ਦ ਸਿਕਸ ਉਹ ਪ੍ਰਭਾਵਿਤ ਹੋਣ ਦਾ ਕਾਰਨ ਇਹ ਸੀ ਕਿ ਮਰਹੱਟਿਆਂ ਦੇ ਤਕਰੀਬਨ 19ਵੀਂ ਸਦੀ ਤੋਂ ਪਹਿਲਾਂ ਪੰਜ ਅਲੱਗ-ਅਲੱਗ ਗਰੁੱਪ ਬਣ ਚੁੱਕੇ ਸੀ ਇਹਨਾਂ ਦੇ ਜਿਹੜਾ ਪੇਸ਼ਵਾ ਹੁੰਦਾ ਸੀ ਜਿਹੜਾ ਮੁਖ ਹੁੰਦਾ ਸੀ ਉਹਦੇ ਲਈ ਇਹਨਾਂ ਦੇ ਕਤਲ ਵੀ ਹੋਣੇ ਸ਼ੁਰੂ ਹੋ ਗਏ ਸੀ ਸੋ 1803 ਚ ਈਸਟ ਇੰਡੀਆ ਕੰਪਨੀ ਮਰਾਠਿਆਂ ਦੇ ਦੋ ਰਾਜ ਘਰਾਣਿਆਂ ਨੂੰ ਹਰਾ ਕੇ ਦਿੱਲੀ ਜਿੱਤ ਲੈਂਦੀ ਹੈ ਅੱਛਾ ਜੀ ਜਿਹੜਾ ਤੀਸਰਾ ਘਰਾਣਾ ਸੀ ਹੌਲਕਰ ਘਰਾਣਾ ਉਹ ਫਿਰ ਮਹਾਰਾਜ ਜਸਵੰਤ ਸਿੰਘ ਹੌਲਕਰ ਦੀ ਅਗਵਾਹੀ ਹੇਟ ਫਿਰ ਕੋਸ਼ਿਸ਼ ਕਰਦੇ ਈਸਟ ਇੰਡੀਆ ਕੰਪਨੀ ਨਾਲ ਜੰਗ ਕਰਨ ਦੀ ਜੰਗ ਹੁੰਦੀ ਆ ਤਕੜੀ ਜੰਗ ਹੁੰਦੀ ਆ ਲੇਕਿਨ ਸਫਲਤਾ ਨਹੀਂ ਮਿਲਦੀ ਸੋ 18 ਚੋ 5 ਉਹ ਦੇ ਵਿੱਚ ਉਹ ਕੀ ਕਰਦੇ ਨੇ ਫਿਰ ਚਿੱਠੀਆਂ ਲਿਖਦੇ ਨੇ ਹੋਰਾਂ ਰਾਜਿਆਂ ਨੂੰ ਵੀ ਮੇਰਾ ਸਾਥ ਦੇਵੋ ਹਾਲਕਰ ਹੋਣੀ ਹਾਲਕਰ ਹੋਣੀ ਹਾਂਜੀ ਤੇ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਤਾਂ ਹਾਂ ਕਰ ਦਿੰਦੇ ਆ ਫਿਰ ਆਪਣਾ ਮਨ ਬਦਲ ਲੈਂਦੇ ਆ ਸੋ ਉਹਨਾਂ ਨੂੰ ਮਨਾਉਣ ਲਈ ਜਸਵੰਤਰਾਓ ਹਾਲਕਰ ਲਾਹੌਰ ਰਿਆਸਤ ਵੱਲ ਚਾਲੇ ਪਾ ਦਿੰਦੇ ਆ ਈਸਟ ਇੰਡੀਆ ਕੰਪਨੀ ਪਿੱਛਾ ਕਰਦੀ ਹੈ ਉੱਥੇ ਜਾ ਕੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਤਿੰਨ ਚੋਚੇ ਦਿੰਦੇ ਆ ਇੱਕ ਤਾਂ ਵੀ ਜਾਂ ਤਾਂ ਸਾਡੇ ਹਵਾਲੇ ਕਰੋ ਜਾਂ ਤੁਸੀਂ ਇਹਨੂੰ ਰਿਆਸਤ ਤੋਂ ਬਾਹਰ ਕੱਢੋ ਨਹੀਂ ਫਿਰ ਯੁੱਧ ਕਰੋ ਹੁਣ ਮਹਾਰਾਜਾ ਰਣਜੀਤ ਸਿੰਘ ਫਿਰ ਦੋ ਚਿੱਤੀਆਂ ਵਿੱਚ ਫਸ ਗਏ ਉਹ ਰਾਜਿਆਂ ਦੀ ਸਲਾਹ ਵੀ ਚਾਹੁੰਦੇ ਸਨ ਤੇ ਹੁਣ ਰਾਜੇ ਜੇ ਇਕੱਠੇ ਬਹਿ ਕੇ ਗੱਲ ਕਰਦੇ ਆ ਤਾਂ ਕੋਈ ਇੱਕ ਸਲਾਹ ਦੇ ਸਾਇਦ ਕੋਈ ਦੂਜੀ ਜਾਂ ਕੁਝ ਹੋਰ ਤੇ ਉਹ ਇਸੇ ਰਾਜੇ ਨੂੰ ਕੋਈ ਅਧਿਕਾਰ ਨਹੀਂ ਸੀ ਵੀ ਕਿਸੇ ਦੂਸਰੇ ਤੇ ਆਪਣਾ ਵਿਚਾਰ ਇੰਪਲੀਮੈਂਟ ਕਰੇ ਉਹ ਅਧਿਕਾਰ ਸੀ ਅਕਾਲੀਆਂ ਕੋਲੇ ਅਕਾਲੀ ਫੂਲਾ ਸਿੰਘ ਉਹਨਾਂ ਨੇ ਫਿਰ ਸਰਬੱਤ ਖਾਲਸਾ ਸਦਿਆ ਜਦੋਂ ਇਹ ਰਾਜੇ ਗਏ ਸਾਰੇ ਇਕੱਠੇ ਬੈਠੇ ਦੋਵੇਂ ਗ੍ਰੰਥਾਂ ਦੀ ਹਿਜੂਰੀ 'ਚ ਤਾਂ ਇਹਨਾਂ ਦੇ ਦਿਮਾਗ ਘੁੰਮ ਗਏ ਵੀ ਆ ਕੀ ਚੱਕਰ ਹੋ ਗਿਆ ਵੀ ਇਹ ਇਕ ਦੂਜੇ ਨਾਲ ਲੜਦੇ ਆ ਕਈ ਹੈ ਨਾ ਤੇ ਉਹ ਵੇਰੇ ਉੱਥੇ ਫਿਰ ਜੋ ਫੈਸਲਾ ਤੇ ਇਹ ਹੁੰਦਾ ਵੀ ਜਦੋਂ ਫੈਸਲਾ ਹੁੰਦਾ ਉਹਦੇ ਬਾਅਦ ਚ ਸੰਧੀਆਂ ਹੋ ਜਾਂਦੀਆਂ ਹਮ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਹੋ ਜਾਂਦੀ ਹੈ ਤੇ ਉਧਰੋਂ ਜਸਵੰਤਰਾਓ ਹਾਲਕਰ ਦੀ ਵੀ ਸੰਧੀ ਹੋ ਜਾਂਦੀ ਹੈ ਹਾਂਜੀ ਫਿਰ ਉਹ ਜੌਨ ਮੈਲਕਮ ਜਿਹੜਾ ਮੋਰੀ ਸੀਗਾ ਉਹਦੇ ਵਿੱਚ ਉਹ ਇੰਨਾ ਕੁ ਪ੍ਰਭਾਵਿਤ ਹੁੰਦਾ ਕਿ ਸਾਡੇ ਦੋਵੇਂ ਗ੍ਰੰਥ ਲਿਆ ਕੇ ਕਲਕੱਤੇ ਲੈ ਆਉਂਦਾ ਅੱਛਾ ਇੱਕ ਨਿਰਮੇ ਨਿਰਮਲੇ ਸਿੱਖ ਤੋਂ ਤਰਜਮਾ ਕਰਵਾਉਂਦਾ ਤੇ ਉਹਨਾਂ ਦੇ ਜਾਣ ਦਾ ਗ੍ਰੰਥ ਹਨ ਉਹ ਫਿਰ ਲਿਖਦਾ ਵੀ ਸਿੱਖਾਂ ਦੇ ਕਹਿੰਦਾ ਦੋ ਗ੍ਰੰਥ ਨੇ ਇੱਕ ਹੈ ਕਹਿੰਦਾ ਵੀ ਆਦ ਗ੍ਰੰਥ ਦੂਸਰਾ ਦਸਵੇਂ ਪਾਤਸ਼ਾਹ ਜੂ ਕਾ ਗ੍ਰੰਥ ਆਦ ਗ੍ਰੰਥ ਨੂੰ ਉਹ ਅਰਜਨ ਦੀਵ ਦਾ ਗ੍ਰੰਥ ਵੀ ਲਿਖਦਾ ਅਰਜਨ ਮਲ ਦਾ ਵੀ ਤੇ ਪਹਿਲੇ ਕੁਝ ਗੁਰੂਆਂ ਦਾ ਵੀ ਇਹ ਦਸਵੇਂ ਪਾਤਸ਼ਾਹ ਜੂ ਕਾ ਗ੍ਰੰਥ ਨੂੰ ਲਿਖਦਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਗ੍ਰੰਥ ਹੈ ਨਾਲੋਂ ਇਹ ਵੀ ਲਿਖਦਾ ਵੀ ਇਹ ਗ੍ਰੰਥ ਹੈ ਜਿਹੜਾ ਸਿੱਖਾਂ ਨੂੰ ਯੋਧੇ ਬਣਾਉਂਦਾ ਤੇ ਹੁਣ ਡਾਕਟਰ ਹਰਜਿੰਦਰ ਸਿੰਘ ਦਲਗੀਰ ਉਹ ਕਹਿ ਦਿੰਦੇ ਆ ਵੀ ਜਿਹੜੇ ਦੋ ਗ੍ਰੰਥਾਂ ਦੀ ਗੱਲ ਕਰਦਾ ਇੱਕ ਤਾਂ ਕਰਤਾਰਪੁਰੀ ਬੀੜ ਸੀ ਦੂਸਰੀ ਸੀ ਕਿ ਦਮਦਮੀ ਬੀੜ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਸਾਹਿਬ ਨੇ ਦਰਜ ਕਰਵਾਈ ਸੀ ਪਰ ਇਹ ਕੋਈ ਸੈਂਸ ਨਹੀਂ ਬਣਦੀ ਕਿਉਂਕਿ ਜਿਹੜੀ ਗੁਰਤੇਗ ਬਹਾਦਰ ਜੀ ਦੀ ਬਾਣੀ ਆ ਉਹ ਬੈਰਾਗਮਈ ਆ ਇਹ ਕੁਝ ਜੋਦੇ ਨਹੀਂ ਬਣਦੇ ਹਾਂਜੀ ਨਹੀਂ ਉਹ ਉਹ ਕੋਈ ਸੈਂਸ ਨਹੀਂ ਬਣਦੀ ਫਿਰ ਮੈਲਕਮ ਜਿਹੜਾ ਹੈਗਾ ਆ ਮੈਲਕਮ ਆ ਐਕਚੁਅਲੀ ਤਾਰਜਵਾਬ ਵੀ ਕਰਦਾ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰੰਥ ਦਾ ਹੂੰ ਚਿਤ੍ਰਨਾਟਕ ਗ੍ਰੰਥ ਸ਼ੁਰੂ ਕਰਦਾ ਆ ਜਿੱਥੇ ਗੁਰੂ ਸਾਹਿਬ ਸ਼ੁਰੂ ਕਰਦੇ ਆ ਵੀ ਹੁਣ ਮੈਂ ਆਪਣੀ ਕਥਾ ਬਖਾਨੋ ਉਹ ਤੋਂ ਸ਼ੁਰੂ ਕਰਕੇ ਤਕਰੀਬਨ 5 ਸਫੇ ਉਹਨੇ ਆਪਣੀ ਕਿਤਾਬ ਦੇ ਤਰਜਮੇ ਦੇ ਭਰੇ ਹੋਏ ਆ ਪਰ ਉਹਨਾਂ ਨੂੰ ਪਤਾ ਵੀ ਲੋਕਾਂ ਨੇ ਪੜ੍ਹਨੀ ਨਹੀਂ ਹੈਗੀ ਵੀ ਜੋ ਕਹਿ ਦੋ ਤਾਂ ਉਹ ਮੰਨ ਲੈਣੀਆਂ ਜੀ ਜਿਹੜਾ ਫਿਰ ਉਹ ਚ ਸਰਬੱਤ ਖਾਲਸਾ ਡਿਸਕ੍ਰਾਈਬ ਕਰਦਾ ਉਹ ਉਹ ਬਹੁਤ ਅਹਿਮ ਆ ਉਹ ਕਹਿੰਦਾ ਵੀ ਅਕਾਲੀ ਆ ਜਿਹੜੇ ਜਦੋਂ ਕੋਈ ਵੱਡਾ ਸੰਕਟ ਦੇਖਦਾ ਇਹ ਸਰਬੱਤ ਖਾਲਸਾ ਬਣਾਉਂਦੇ ਆ ਕਹਿੰਦਾ ਕਹਿੰਦਾ ਫਿਰ ਸਾਰੇ ਰਾਜੇ ਇਕੱਠੇ ਹੁੰਦੇ ਆ ਫਿਰ ਕਹਿੰਦਾ ਦੋਵਾਂ ਗ੍ਰੰਥਾਂ ਦਾ ਪ੍ਰਕਾਸ਼ ਹੁੰਦਾ ਉਹ ਫਿਰ ਨਾਮਦਵਾਰੇ ਫਿਰ ਲੱਗਦਾ ਫਿਰ ਉਹ ਕਹਿੰਦਾ ਸਾਰੇ ਉੱਥੇ ਬੈਹੰਦੇ ਆ ਤੇ ਪ੍ਰਸ਼ਾਦ ਦੀ ਗੱਲ ਕਰਦਾ ਹੋਇਆ ਆਖਦਾ ਕਹਿੰਦਾ ਇੱਕ ਵੱਡਾ ਕੇਕ ਜਿਹੜਾ ਆਟਾ ਖੰਡ ਘਿਓ ਦਾ ਬਣਿਆ ਹੁੰਦਾ ਉਹ ਲਿਆ ਕੇ ਕਹਿੰਦਾ ਇਹ ਉੱਥੇ ਰੱਖਦੇ ਆ ਟੱਕਦੇ ਆ ਕੀਰਤਨ ਦੀ ਗੱਲ ਕਰਦਾ ਅਰਦਾਸ ਦੀ ਗੱਲ ਕਰਦਾ ਤੇ ਇਹ ਤੋਂ ਬਾਅਦ ਚ ਕਹਿੰਦਾ ਫਿਰ ਸਾਰੇ ਜਣੇ ਕੇਕ ਖਾਂਦੇ ਆ ਫਿਰ ਸਲਾਹ ਕਰਦੇ ਆ ਫਿਰ ਫੈਸਲਾ ਜਿਹੜਾ ਉਹ ਕਹਿੰਦਾ ਅਕਾਲੀ ਸੁਣਾਉਂਦੇ ਆ ਇੰਨਾ ਫਿਰੋ ਜਿਹੜਾ ਫੈਸਲਾ ਹੁੰਦਾ ਉਹ ਸਾਰੇ ਜਾਣੇ ਫਿਰ ਉਹਤੇ ਸੌ ਖਾਂਦੇ ਆ ਦੋਵਾਂ ਗ੍ਰੰਥਾਂ ਦੀ ਸਾਰੇ ਰਾਜੇ ਵੀ ਅਸੀਂ ਆਪਣੇ ਮਤ ਭੇਗ ਤਿਆਕ ਕੇ ਇਸ ਫੈਸਲੇ ਦੇ ਉੱਤੇ ਪਹਿਰਾ ਦੇਵਾਂਗੇ ਹੂੰ ਸੋ ਇਹ ਵੀ ਸਾਡੇ ਕੋ ਇੱਕ ਬਹੁਤ ਵੱਡਾ ਉਸ ਸਮੇਂ ਦਾ ਸਬੂਤ ਹੋ ਜਾਂਦਾ ਹਾਂਜੀ ਤੇ ਇੱਕ ਅਪ ਪਿਛਲੀ ਵਾਰੀ ਪਾਤਸ਼ਾਹੀ ਦੀ ਗੱਲ ਕੀਤੀ ਸੀਗੀ ਹਾਂਜੀ ਆਦ ਗੁਰੂ ਗ੍ਰੰਥ ਸਾਹਿਬ ਜੀ ਭਾਈ ਬਲਵੰਡ ਸੱਤ ਦੀ ਵਾਰ ਆ ਹੂੰ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਸੰਬੋਧਨ ਕਰਕੇ ਉਹ ਪਰਮਾਉਂਦੇ ਨੇ ਕਿ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਛੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਕੀ ਕਰਤੀ ਐ ਬਹੁਤ ਵਾਰ ਆਪਾਂ ਹਾਂਜੀ ਬਾਕ ਲੈਣ ਦੇ ਹਾਂਜੀ ਹਾਂਜੀ ਇਹ ਚ ਵੀ ਪਾਤਸ਼ਾਹ ਸ਼ਬਦ ਆਉਂਦਾ ਹਾਂਜੀ ਭਾਈ ਗੁਰਦਾਸ ਜੀ ਗੁਰੂ ਰਾਮਦਾਸ ਜੀ ਮਹਾਰਾਜ ਬਾਬਤ ਫਰਮਾਉਂਦੇ ਨੇ ਪੈਠਾ ਸੋਢੀ ਪਾਤਸ਼ਾਹ RAMDAS ਸਤਗੁਰੂ ਕਹਾ ਹਾਂਜੀ ਤੋ ਪਾਤਸ਼ਾਹ ਸ਼ਬਦ ਸਾਡੇ ਲਈ ਉਪਰਾ ਨਹੀਂ ਹੈਗਾ ਤੇ ਸਾਡੇ ਲਈ ਮਤਲਬ ਪਾਤਸ਼ਾਹ ਹੋ ਰਿਹਾ ਗੁਰੂ ਸਾਹਿਬ ਲਈ ਪਾਤਸ਼ਾਹ ਹੋ ਰਿਹਾ ਅਸੀਂ ਜਦੋਂ ਪਾਤਸ਼ਾਹੀ ਦਸਵੀਂ ਕਹਿਣਾ ਤੇ ਸਾਡੀ ਮਨ ਦੇ ਵਿੱਚ ਕਲਗੀਧਰ ਪਾਤਸ਼ਾਹੀ ਦੀ ਤਸਵੀਰ ਆਉਣੀ ਹੈ ਪਹਿਲੀ ਪਾਤਸ਼ਾਹੀ ਵੇਲੇ ਗੁਰੂ ਨਾਨਕ ਦੀ ਵੀ ਤਸਵੀਰ ਆਉਣੀ ਹੈ ਤੇ ਗੁਰੂ ਸਾਹਿਬਾਂ ਦੀ ਪਾਤਸ਼ਾਹੀ ਉਹ ਜਿਹੜੀ ਦਸ ਹੈ ਜਿਹੜੀ ਦਸਾਂ ਦਿਸ਼ਾਵਾਂ ਚ ਫੈਲੀ ਹੋਈ ਹੈ ਉਹ ਹੈ ਪ੍ਰਮਾਤਮਾ ਦੀ ਜੋ ਸ਼ਕਤੀ ਇਹ ਹੋਰਾਂ ਚੀਜ਼ਾਂ ਚ ਵੀ ਸਾਨੂੰ ਡਿਫਰੈਂਸ ਦਿਖਦਾ ਤੋ ਇਹੀ ਮਤਲਬ ਪਾਤਸ਼ਾਹੀ ਜਿਹੜੀ ਚੀਜ਼ ਹੈਗੀ ਹੈ ਫਿਰ ਅਸੀਂ ਗੱਲ ਕੀਤੀ ਸੀ ਕਿ ਜੇ ਗ੍ਰੰਥ ਨਾ ਵੀ ਹੋ ਤਾਂ ਕਿ ਫਰਕ ਪੈਂਦਾ ਜਾਂ ਹੂੰ ਵੀ ਕੀ ਉਹਦੇ ਵਿੱਚ ਆਪਾਂ ਗੁਰੂ ਘਰ ਦਾ ਦ੍ਰਿਸ਼ ਆਪਣੇ ਦਿਮਾਗ 'ਚ ਜੇ ਲਿਆਈਏ ਤਾਂ ਜਦ ਵੀ ਕੋਈ ਪ੍ਰਧਾਨ ਸਾਹਿਬ ਜਾਂ ਸਖਤਰ ਸਾਹਿਬ ਕੋਈ ਵੀ ਮਾਈਕ ਤੇ ਜਾਂਦੇ ਆ ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਆ ਤੇ ਉਹ ਜੇ ਅਸੀਂ ਗ੍ਰੰਥ ਛੱਡਦੇ ਆ ਫਿਰ ਉਹ ਫਤਿਹ ਵੀ ਸਾਡੇ ਕੋਲ ਜਾਂਦੀ ਰਹੂ ਨਿਤਨੇਮ ਦੀ ਬਾਣੀ ਤਾਂ ਆਪਾਂ ਗੱਲ ਕੀਤੀ ਸੀ ਅਰਦਾਸ ਕਰਨੀ ਹੈ ਉਹ ਵੀ ਇਹਦੇ ਵਿੱਚੋਂ ਆਊਗੀ ਹਾਂਜੀ ਫਿਰ ਅਸੀਂ ਜਿਹੜਾ ਖਾਲਸਾ ਸਿਰਜਣਾ ਦਿਵਸ ਮਨਾਉਨੇ ਆ ਉਹ ਵੀ ਮਨਾਉਣ ਜੋਗੇ ਨਹੀਂ ਰਹਿਣਾ ਹਾਂਜੀ ਫਿਰ ਜਿਹੜੀਆਂ ਖਾਲਸੇ ਨੇ ਮੱਲਾਮਾਰੀਆਂ ਜਿਸ ਤਰ੍ਹਾਂ ਅਸੀਂ ਕਹਿ ਦਿੰਨੇ ਆ ਬਈ ਦਿੱਲੀ ਜਿੱਤੀ ਅਸੀਂ ਉਹ ਖਾਲਸੇ ਨੇ ਜਿੱਤੀ ਹੋਈ ਆ ਜਿਹੜੇ ਦੋਵਾਂ ਗ੍ਰੰਥਾਂ ਨੂੰ ਸਮਰਪਣ ਸੀਗੇ ਹਾਂਜੀ ਉਹ ਇਹ ਸਾਰਾ ਕੁਝ ਫਿਰ ਸਾਨੂੰ ਐਕਚੁਅਲੀ ਛੱਡਣਾ ਪਊ ਪਰ ਕਈ ਵਾਰ ਕੀ ਦੇਖਦੇ ਆ ਬਈ ਜਿਹੜੇ ਵਿਰੋਧੀ ਆ ਇੱਕ ਪਾਸੇ ਵਿਰੋਧ ਕਰੀ ਜਾਂਦੇ ਦੂਸਰੇ ਪਾਸੇ ਵਿੱਚੋਂ ਪੰਗਤੀਆਂ ਵਰਤੀ ਜਾਂਦੇ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਉਈ ਗ੍ਰੰਥ ਚੋਂ ਮਿਲੂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰੰਥ ਚੋਂ ਹਮ ਤੇ ਇਸੇ ਤਰ੍ਹਾਂ ਆਪਣੇ ਜੱਬੇ ਬਾਣ ਲਾਗੇ ਤੱਬੇ ਰੋਸ ਜਾਗੇ ਉਹ ਇਹ ਵੀ ਇਹਦੇ ਵਿੱਚ ਆਉਂਦੀ ਹੈ ਹਮ ਸੋ ਇਹ ਸਾਡਾ ਇੱਕ ਹਿੱਸਾ ਆ ਇਹ ਤੋਂ ਬਿਨਾ ਅਸੀਂ ਅਧੂਰੇ ਆ ਤੇ 10 ਜੋਤ ਜਿਹੜੀਆਂ ਅਲੱਗ-ਅਲੱਗ ਨਹੀਂ ਹੈਗੀਆਂ ਇੱਕ ਜੋਤ ਸਾਨੂੰ ਪਹਿਚਾਨਣੀ ਪਊਗੀ ਹਾਂਜੀ ਹਮ ਸੋ ਇਹ ਦੋ ਕੁ ਚੀਜ਼ਾਂ ਇੱਕ ਜੇ ਅਸੀਂ ਹੁਣ ਦੇਖੀਏ ਗੁਰੂ ਸਾਹਿਬ ਦੇ ਗ੍ਰੰਥ ਬਾਰੇ ਜਦੋਂ ਗੱਲ ਕਰਦੇ ਆਂ ਪਿਛਲੀ ਵਾਰ ਜੋ ਮੈਂ ਗੱਲ ਕੀਤੀ ਸੀ ਉਹ ਜਿਹੜਾ ਛਾਪੇ ਵਾਲਾ ਸਰੂਪ ਆ ਉਹਦੀ ਗੱਲ ਕੀਤੀ ਸੀ ਹੂੰ ਜਿਹੜੇ ਹੱਥ ਲਿਖਤ ਸਰੂਪ ਨੇ ਉਹਨਾਂ ਦੇ ਵਿੱਚ ਬਾਣੀਆਂ ਕੁਝ ਹੋਰ ਹੈਗੀਆਂ ਨੇ ਹੋਰ ਵੀ ਬਾਣੀਆਂ ਨੇ ਇਹ ਤੋਂ ਇਲਾਵਾ ਉਹਦਾ ਰੀਜ਼ਨ ਆ ਰੀਜ਼ਨ ਇਹ ਬਈ ਜਦੋਂ ਪ੍ਰਿੰਟਿੰਗ ਪ੍ਰੈਸਾਂ ਦੇ ਸਾਡੇ ਤੇ ਹਮਲੇ ਸ਼ੁਰੂ ਹੋਏ ਇੱਕ ਤਰੀਕੇ ਨਾਲ ਤਾਂ ਉਦੋਂ ਪ੍ਰਿੰਟ ਇੱਕ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਗ੍ਰੰਥ ਛਪਿਆ ਉਹ ਚ ਪੰਗਤੀਆਂ ਗਲਤ ਛਪ ਗਈਆਂ ਹੂੰ ਤੇ ਪੰਡਿਤ ਭਗਵਾਨ ਸਿੰਘ ਜੀ ਜਿਹੜੇ ਸੀਗੇ ਹੂੰ ਉਹਨਾਂ ਨੇ ਫਿਰ ਇਹ ਮੁੱਦਾ ਉਠਾਇਆ ਕਿ ਕਹਿੰਦੇ ਵੀ ਹੁਣੇ ਇਹ ਕੰਮ ਠੱਪ ਕਰੋ ਨਹੀਂ ਕਹਿੰਦੇ ਵੀ ਪ੍ਰੋਬਲਮ ਵੱਡੀ ਪੈ ਜੂਗੀ। ਫਿਰ ਉਹਨਾਂ ਨੇ ਇੱਕ ਕਮੇਟੀ ਬਣਾਈ ਸੋਧ ਕਮੇਟੀ 1895 ਚ ਉਹਨਾਂ ਨੇ ਅੰਮ੍ਰਿਤਸਰ ਦੇ ਆਸ-ਪਾਸ ਜਿਹੜੇ ਬਕਤੀ ਸਰੂਪ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰੰਥ ਦੇ ਉਹ ਕੱਤਰ ਕੀਤੇ। ਸਾਰੇ ਨਹੀਂ ਕੀਤੇ ਪਰ ਕੇਵਲ ਅੰਮ੍ਰਿਤਸਰ ਦੇ ਆਸ-ਪਾਸ ਦੋਲੇ ਨੂੰ ਤੇ ਉਹਨਾਂ ਨੇ 베ਰਵਾਵੀ ਦੇ ਤਬਦੀਲ ਰਿਪੋਰਟ ਚ ਵੀ ਆਹ ਸਰੂਪ ਇੱਥੇ ਸੀਗਾ ਆਹ ਸਰੂਪ ਇੱਥੇ ਸੀ ਇਸ ਗੁਰਦੁਆਰੇ ਸੀਗਾ। ਉਹਨਾਂ ਨੇ ਜੀਨ ਵਾਲੀ ਫਿਰ ਇੱਕ ਸਰੂਪ ਜੀਨ ਤੋਂ ਮੰਗਵਾਇਆ। ਜੀਨ ਦੇ ਰਾਜੇ ਨੇ ਤਕਰੀਬਨ 100 ਸਾਲ ਤੋਂ ਵੀ ਵੱਧ ਪਹਿਲਾਂ ਅਠ ਸਰੂਪ ਇਕੱਠੇ ਕਰਕੇ ਉਹ ਬਾਣੀ ਮਤਲਬ ਉਹ ਦੇਖ ਲਈ ਸੀ ਕਿਉਂਕਿ ਜਿਹੜੇ ਹੱਥ ਲਿਖ ਸਰੂਪ ਹੁੰਦੇ ਆ ਇਹਨਾਂ 'ਚ ਗਲਤੀਆਂ ਲੱਗ ਜਾਂਦੀਆਂ ਕਾਫੀ ਹੂੰ ਸੋ ਸੋਧਕ ਕਮੇਟੀ ਨੇ ਫਿਰ ਜਿਹੜੀ ਜਿਹੜੀਆਂ ਉਹ ਜੀਂਦ ਵਾਲੇ ਸਰੂਪ 'ਚ ਬਾਣੀਆਂ ਸੀਗੀਆਂ ਉਹੀ ਤਕਰੀਬਨ ਫਿਰ ਰੱਖੀਆਂ ਬਾਕੀ ਉਹਨਾਂ ਨੇ ਛਾਪੇ ਦੇ ਸਰੂਪ 'ਚ ਪਾਈਆਂ ਨਹੀਂ ਤੇ ਆਪਦੀ ਰਿਪੋਰਟ ਵੀ ਜਦੋਂ ਉਹਨਾਂ ਨੇ ਦਿੱਤੀ ਕਲੀਅਰ ਲਿਖਿਆ ਵੀ ਗੁਰੂ ਸਾਹਿਬ ਦੀ ਬਾਣੀ ਹੈ ਸਾਰੀ ਦੀ ਸਾਰੀ ਗੁਰੂ ਸਾਹਿਬ ਵੀ ਕੋਈ ਸ਼ੰਕਾ ਨਹੀਂ ਉਹਦੇ 'ਚ ਸ਼ੰਕਾ ਪੈਣੀ ਸ਼ੁਰੂ ਹੋ ਗਈ ਸੀ ਹੂੰ ਹੁਣ ਇਹਦੇ ਵਿੱਚ ਮਹਾਨਤਾ ਗੁਰੂ ਸਾਹਿਬ ਦੀ ਬਾਣੀ ਦੀ ਇੰਨੀ ਕ ਹੈਗੀ ਆ ਵੀ ਸੰਤ ਸਿੰਘ ਮਸਕੀਨ ਜੀ ਜਾਂਦੇ ਨੇ ਕਲਕੱਤੇ ਜਾਂਦੇ ਨੇ ਉੱਥੇ ਰਵਿੰਦਰਨਾਥ ਟੈਗੋਰ ਦੇ ਆਸ਼ਰਮ 'ਚ ਚਲੇ ਜਾਂਦੇ ਨੇ ਹੂੰ ਤੇ ਉਦੋਂ ਰਵਿੰਦਰਨਾਥ ਗੋਰ ਸਾਹਿਬ ਤਾਂ ਚਲੋ ਚਲਾਣਾ ਕਰ ਗਏ ਸੀਗੇ ਤੇ ਉੱਥੇ ਦੇਖਦੇ ਨੇ ਕਿ ਬਲੈਕ ਬੋਰਡ ਤੇ ਗੁਰਗੋਬਿੰਦ ਸਿੰਘ ਜੀ ਦੇ ਸ਼ਬਦ ਇੱਕ ਬੰਦ ਲਿਖਿਆ ਹੋਇਆ ਉਹ ਫਿਰ ਪੁੱਛਦੇ ਨੇ ਕਹਿੰਦੇ ਵੀ ਤੁਸੀਂ ਇੱਥੇ ਸਿੱਖੀ ਸਿਖਾੜਦੇ ਹੋ ਉਹ ਕਹਿੰਦੇ ਨਹੀਂ ਕਹਿੰਦੇ ਇਹ ਵੀ ਬਾਣੀ ਤਾਂ ਗੁਰਗੋਬਿੰਦ ਸਿੰਘ ਜੀ ਆ ਉਹ ਕਹਿੰਦੇ ਵੀ ਜਿਹੜੀ ਸਾਨੂੰ ਜਿਸ ਤਰੀਕੇ ਨਾਲ ਸ਼ਬਦਾਂ ਨਾਲ ਗੁਰਗੋਬਿੰਦ ਸਿੰਘ ਜੀ ਖੇਡਦੇ ਨੇ ਜਿਹੜੇ ਇਹ ਤਰੀਕੇ ਨਾਲ ਉਹ ਸ਼ਬਦ ਵਰਤਦੇ ਨੇ ਉਹ ਸਾਨੂੰ ਕਿਤੇ ਹੋਰ ਉਦਾਹਰਣ ਨਹੀਂ ਮਿਲਦੀ ਉਹਦੀ ਹੂੰ ਹੁਣ ਉਹ ਜਿਹੜਾ ਸ਼ਬਦ ਸੀਗਾ ਉਹ ਜਿਹੜਾ ਬੰਦ ਲਿਖਿਆ ਸੀ ਉਹਦੀ ਜਿਹੜੀ ਪਹਿਲੀ ਪੰਕਤੀ ਆਉਗੀ ਉਸ ਪ੍ਰਭ ਜੀ ਤੂ ਤੋ ਕੋਲਾਜ ਹਮਾਰੀ ਪਹਿਲੀ ਪੰਕਤੀ ਚ ਜਿਆਦਾ ਅੱਖਰ ਜਿਹੜੇ ਸ਼ਬਦ ਆ ਨੰਨੇ ਅੱਖਰ ਨਾਲ ਸ਼ੁਰੂ ਹੁੰਦੇ ਆ ਹੂੰ ਦੂਜੀ ਦੇ ਪੱਪੇ ਨਾਲ ਤੀਜੀ ਦੇ ਸਾਰੇ ਦੇ ਸਾਰੇ ਸ਼ਬਦ ਮੰਮੇ ਅੱਖਰ ਨਾਲ ਸ਼ੁਰੂ ਹੁੰਦੇ ਆ ਹੂੰ ਉਹ ਪ੍ਰਭ ਜੀ ਤੋ ਕੋਲਾਜ ਹਮਾਰੀ ਨੀਲ ਕੰਠ ਨਰ ਹਰਨਾਰਾਇਣ ਨੀਲ ਬਸਨ ਬਨਵਾਰੀ ਪਰਮਪੁਰਖ ਪਰਮੇਸ਼ਰ ਸਵਾਮੀ ਪਾਵਨ ਪੌਨ ਹਾਰੀ ਮਾਦਵ ਮਹਾਜੂਤ ਮਦ ਵਰਦਨ ਮਾਨ ਮੁਕੰਦਮ ਰਾਰੀ ਵਾਹ ਹੁਣ ਇਹ ਚੀਜ਼ਾਂ ਤੁਹਾਨੂੰ ਥਰੂਆਊਟ ਗ੍ਰੰਥ ਮਿਲਦੀਆਂ ਨੇ ਇਹ ਕਿੱਥੇ ਕਿਹੜੀ ਬਾਣੀ ਚ ਹੈ ਜੀ ਇਹ ਇਹ ਸ਼ਬਦਾਂ ਦੇ ਵਿੱਚ ਹੈ ਜੀ ਹਾਂਜੀ ਤੇ ਫਿਰ ਜ਼ਫਰਨਾਮਾ ਬਾਣੀ ਦੇ ਵਿੱਚ ਪਹਿਲੀ ਪੰਕਤੀ ਕਕੇ ਨਾਲ ਸਾਰੇ ਸ਼ਬਦ ਦੂਜੀ ਦੇ ਰਾਰੇ ਨਾਲ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾਬ ਅਕਸ ਰਾਜਿਕ ਰਹਿ ਹਕ ਨਰੀਮ ਹਾਂਜੀ ਇਹ ਇਹ ਚੀਜ਼ਾਂ ਤੁਹਾਨੂੰ ਮਿਲਦੀਆਂ ਈਵਨ ਚੰਡੀ ਚਰਤਰਾਜ ਵੀ ਪਹਿਲੇ ਕੱਕੇ ਨਾਲ ਦੂਜੇ ਤੱਤੇ ਨਾਲ ਕਾਗੜ ਦੰਕਾਤੀ ਕਟਾਰੀ ਕੜਾਕੰਗ ਤਾਗੜ ਦੰਕ ਦੀਰਨ ਤੋਂ ਤੁਪਕੰਗ ਤੜਾਕੰਗ ਸੋ ਇਹ ਕਿਸੇ ਵੀ ਲੇਖਕ ਨੂੰ ਮਤਲਬ ਖਿੱਚਦੀਆਂ ਨੇ ਜ ਜਿਹਦੇ ਵਿੱਚ ਕੋਈ ਕਵਿਤਾ ਦਾ ਗੁਣ ਹੈ ਹਣੀ ਸ਼ਿਵ ਕੁਮਾਰ ਬਟਾਲਵੀ ਹੁਣ ਉਹਦਾ ਨਾਮ ਸਨੈਰੀ ਅੱਖਰਾਂ ਚ ਲਿਖਿਆ ਜਾਂਦਾ ਇੱਕ ਮੁਜਾਰੇ ਤੋਂ ਬਾਅਦ ਚ ਉਹਨੂੰ ਕਹਿੰਦੇ ਵੀ ਜਿਹੜਾ ਅਗਲਾ ਵਾਰੀ ਇਕੱਠੇ ਹੋਣਾ ਤੋਂ ਦੋ ਕੁ ਮਹੀਨੇ ਸ਼ਾਇਦ ਸਮਾਂ ਸੀ ਵਿਚਾਲੇ ਇਹ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਕੁਝ ਬੋਲਣਾ ਔਰ ਸ਼ਿਵ ਕੁਮਾਰ ਬਟਾਲਵੀ ਆਉਂਦਾ ਆਪਣੀ ਕਵਿਤਾ ਲਿਖ ਕੇ ਲਿਆਉਂਦਾ ਤੇ ਪੜ੍ਹਦਾ ਪਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਨਹੀਂ ਲੈਂਦਾ ਇਹਨੂੰ ਮਹਾਨ ਸ਼ਾਇਰੀ ਕਹਿੰਦੇ ਆ ਵੀ ਇਸ਼ਾਰੇ ਜਿਹੜੇ ਮਹਾਨ ਸ਼ਰਧਾਂ ਦੇ ਇਸ਼ਾਰੇ ਪਾ ਜਾਂਦੇ ਆ ਜਿਵੇਂ ਭਾਈ ਗੁਰਦਾਸ ਜੀ ਆਪਣੀ ਕਵਿਤਾ ਚ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਾ ਜ਼ਿਕਰ ਨਹੀਂ ਕਰਦੇ ਲੇਕਿਨ ਕੱਤਕ ਦੀ ਪੂਰਨਮਾਸ਼ੀ ਦੀ ਬਹੁਤ ਉਸਤਤ ਕਰਦੇ ਆ ਕਾਰਤਕ ਮਾਰ ਉਤਸਰਦ ਪੂਰਨਮਾਸ਼ੀ ਅਰਤੀ ਆ ਮਸਾਟ ਕਰੀ ਕੜੀ ਅੱਜ ਤੇਰੀ ਵਾਰੀ ਹੈ ਮਤਲਬ ਅੱਜ ਪ੍ਰਭੂ ਨੂੰ ਮਿਲਣ ਦੀ ਤੇਰੀ ਵਾਰੀ ਹੈ ਗਾਂ ਪਹਿਰਾ ਦਾ ਮਤਲਬ ਸਫਤ ਆਉਂਦੀ ਹੈ ਹਨਾ ਤਾਂ ਸ਼ੇਵ ਕੁਮਾਰ ਫਿਰ ਲਿਖਦਾ ਇਹ ਕਹਿੰਦਾ ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ ਜੋ ਤੈਨੂੰ ਕਰਨ ਲਈ ਭੇਟਾ ਮੈਂ ਤੇਰੇ ਦਵਾਰੇ ਤੇ ਆਵਾਂ ਉਹ ਕਹਿੰਦਾ ਮੇਰਾ ਕੋਈ ਗੀਤ ਐਸਾ ਨਹੀਂ ਜੋ ਤੇਰੇ ਮੇਚ ਆ ਜਾਵੇ ਭਰੇ ਬਾਜ਼ਾਰ ਜਾ ਜੋ ਆਪਣਾ ਸਿਰ ਕਟਾ ਆਵੇ ਉਹ ਇਹ ਗੁਰਤੀਗ ਬਹਾਦਰ ਜੀ ਵੱਲ ਇਸ਼ਾਰਾ ਜੋ ਆਪਣੇ ਸੋਲ ਛਿੰਦੇ ਬੋਲ ਨੀਹਾਂ ਵਿੱਚ ਚਣਾ ਆਵੇ ਜੋ ਲੁੱਟ ਜਾਵੇ ਤੇ ਮੁੜ ਵੀ ਯਾਰੜੇ ਦੇ ਸੱਥਰੀ ਗਾਵੇ ਸੋ ਇਹ ਇਸ਼ਾਰੇ ਹੁੰਦੇ ਆ ਜਿਹੜੇ ਜਿਹਨੂੰ ਪਤਾ ਹੈ ਉਹਨੇ ਪਿਕ ਕਰ ਲੈਣੇ ਹੁੰਦੇ ਆ ਹਾਂਜੀ ਪਰ ਹੁਣ ਇਹ ਦਾ ਇਹ ਆਮ ਪ੍ਰਚਲਿਤ ਆ ਵੀ ਸ਼ਿਵ ਨੇ ਆਹਾ ਪੜ੍ਹੀ ਸੀ ਪਰ ਹੋਰ ਵੀ ਚੀਜ਼ਾਂ ਹੈਗੀਆਂ ਜਿਹੜੇ ਸ਼ਿਵ ਫਿਰ ਇਹ ਨਹੀਂ ਵੀ ਵੈਸੇ ਹੀ ਉਹ ਲਿਖ ਗਿਆ ਉਹ ਗੁਰੂ ਸਾਹਿਬ ਦੇ ਗ੍ਰੰਥ ਚ ਜਾਂਦਾ ਹੂੰ ਫਿਰ ਉਹਦਾ ਐਕਚੁਅਲੀ ਕੁਝ ਬਹੁਤ ਕਿੰਨਾ ਪਾਠ ਕਰਦਾ ਇਹਦਾ ਮੈਨੂੰ ਨਹੀਂ ਪਤਾ ਪਰ ਉਹਦੀਆਂ ਕਵਤਾਵਾਂ ਚ ਲੱਭ ਲੈਣੇ ਹੋ ਤੁਸੀਂ ਹੂੰ ਜਦੋਂ ਪਹਿਲਾ ਪਾਠ ਕਰਦਾ ਉਹ ਗੁਰਸਾਹਿਬ ਦੇ ਗ੍ਰੰਥ ਦਾ ਉਹ دیਵਾਨਾ ਹੋ ਜਾਂਦਾ ਗੁਰਸਾਹਿਬ ਦੀ ਬਾਣੀ ਦਾ ਉਹਨਾਂ ਦੀ ਰਚਨਾ ਦਾ ਕਲਮ ਦਾ ਹਨ ਤੇ ਝੁਕ ਜਾਂਦਾ ਉਹਨਾਂ ਦੀ ਲਿਖਤ ਅੱਗੇ ਉਹ ਤੇ ਕਵਤਾ ਦਾ ਨਾਮ ਵੀ ਝੁਕਿਆ ਸੀਸ ਲਿਖਦਾ ਹੋਵੇ ਉਹ ਉਹ ਵੀ ਸ਼ੁਰੂ ਇੱਥੋਂ ਕਰਦਾ ਕਹਿੰਦਾ ਮੈਂ ਉਸ ਦਿਨ ਪਹਿਲੀ ਵਾਰੀ ਮਿਲ ਕੇ ਤੈਨੂੰ ਆ ਰਿਹਾ ਹਾਂ ਜਿਸ ਦਿਨ ਮਤਲਬ ਉਹਨੇ ਪਾਠ ਕੀਤਾ ਕਹਿੰਦਾ ਸਫਿਆਂ ਦੇ ਸ਼ਹਿਰ ਹੁਣ ਗ੍ਰੰਥ ਨਹੀਂ ਉਹ ਲਿਖਦਾ ਸਫਿਆਂ ਦਾ ਸ਼ਹਿਰ ਲਿਖਦਾ ਸਫਿਆਂ ਦੇ ਸ਼ਹਿਰ 17 ਦੀਆਂ ਅਣਗਿਣਤ ਸੜਕਾਂ ਸਨ ਤੇ ਸੜਕਾਂ ਤੇ ਤੇਰੇ ਸ਼ਬਦਾਂ ਦੀ ਵਗਦੀ ਭੀੜ ਸੰਗਣੀ ਸੀ ਨੰਗੀ ਅੱਖ ਬਿਨ ਚ ਮਣੀ ਦੇ ਮੈਂ ਉਹ ਭੀੜ ਲੰਗਣੀ ਸੀ ਤੇ ਤੈਨੂੰ ਮਿਲ ਕੇ ਗੀਤਾ ਮਾਸ ਤੇ ਇੱਕ ਚਿੰਗ ਮੰਗਣੀ ਸੀ ਸੋ ਇਹਦੇ ਵਿੱਚ ਗਾਂਹ ਜਾ ਕੇ ਉਹ ਇਹ ਵੀ ਲਿਖਦਾ ਵੀ ਜੰਗਾ ਯੁੱਧਾਂ ਦੀ ਗੱਲ ਕਰਦਾ ਵੀ ਮੈਂ ਡਰਿਆ ਇਹਨਾਂ ਸ਼ਬਦਾਂ ਤੋਂ ਅਮਨ ਸ਼ਬਦਾਂ ਦਾ ਹੱਥ ਫੜਿਆ ਗੁਰੂ ਸਾਹਿਬ ਨੂੰ ਫਿਰ ਉਹ ਲਿਖਦਾ ਕਲਮੁੰਦੇ ਬਾਰੇ ਕਹਿੰਦਾ ਵੀ ਤੇਰੇ ਹੱਥ ਵਿੱਚ ਫੜਿਆ ਹੋਇਆ ਸੂਰਜ ਦਾ ਟੋਟਾ ਸੀ ਤੇ ਉਹ ਆਪਣੀ ਕਵਤਾ ਵਿੱਚ ਫਿਰ ਕਹਿੰਦਾ ਕਹਿੰਦਾ ਵੀ ਤੂੰ ਆਪ ਦਾ ਉਹ ਟੂਟਾ ਜਿਹੜਾ ਉਹ ਮੈਨੂੰ ਫੜਾਤਾ ਤੇ ਮੇਰੀ ਕਵਤਾ ਜਿਹੜੀ ਉਹ ਖੁਦ ਕੁਸ਼ੀ ਕਰਨ ਨੂੰ ਬਚਾ ਲਿੱਤਾ ਹੂੰ ਤੇ ਇਹ ਅੱਗੇ ਫਿਰ ਇੱਕ ਹੋਰ ਲਿਖਦਾ ਉਹ ਦੋਵਾਂ ਗ੍ਰੰਥਾਂ ਤੋਂ ਇਸ਼ਾਰਾ ਸ਼ੁਰੂ ਕਰਦਾ ਤੇ ਸਾਡੇ ਜਿਹੜੇ ਗੁਰੂ ਸਾਹਿਬ ਦੀ ਮਤਲਬ ਸ਼ਬਦ ਤੋਂ ਸ਼ੁਰੂ ਹੁੰਦਾ ਸ਼ਬਦ ਨੂੰ ਗੀਤ ਕਹਿੰਦਾ ਤਲਵਾਰ ਤੱਕ ਦਾ ਸਫਰ ਇਹ ਉਹ ਵੀ ਗੱਲ ਕਰਦਾ ਤੇ 10 ਗੁਰੂ ਸਾਹਿਬਾਨ ਨੂੰ 10 ਜਨਮ ਲਿਖਦਾ ਤੇ ਸਫਰੀ ਉਹਦਾ ਨਾਮ ਕਵਿਤਾ ਦਾ ਲਿਖਦਾ ਤੇ ਉਹਦੇ ਵਿੱਚ ਉਹ ਸ਼ੁਰੂ ਕਰਦਾ ਹੁਣੇ ਹੁਣੇ ਸਰਗੀ ਦੀ ਬਾਣੇ ਪੰਛੀਆਂ ਦਾ ਬੋਲ ਪੀਤਾ ਹੈ ਤੇ ਤੇ ਜਾਕੀ ਬੀੜ ਨੇ ਤੇਰੇ ਨਾਮ ਦਾ ਇੱਕ ਵਾਕ ਲੀਤਾ ਏ ਮੈਂ ਅੱਜ ਤੇਰੇ ਗੀਤ ਤੋਂ ਤਲਵਾਰ ਤੱਕ ਦਾ ਸਫ਼ਰ ਕੀਤਾ ਏ ਮੈਨੂੰ ਤੇਰੇ ਗੀਤ ਤੋਂ ਤਲਵਾਰ ਤੱਕ ਦਾ ਸਫ਼ਰ ਕਰਦੇ ਨੂੰ ਅ ਅਜੀਬ ਜਹੀ ਸ਼ਰਮ ਆਈ ਏ ਅਜੀਬ ਜਹੀ ਨਮੋਸ਼ੀ ਆਈ ਏ ਇਸ ਤਰ੍ਹਾਂ ਕੋ ਮੈਨੂੰ ਹੁਣ ਦਿਬਾਗ ਚ ਨਹੀਂ ਹਾਂਜੀ ਗਾਹ ਨੂੰ ਲਿਖਦਾ ਮੈਂ ਤੈਨੂੰ ਤੇਰੇ ਗੀਤ ਤੋਂ ਤਲਵਾਰ ਤੱਕ ਦਾ ਸਫ਼ਰ ਕਰਦੇ ਨੂੰ ਪੂਰੇ 10 ਜਨਮ ਲੱਗੇ ਸੀ ਮੈਨੂੰ ਇੱਕ ਪਲ ਹੀ ਲੱਗਾ ਇਹੋ ਸੁਲਗ ਦਾ ਪਲ ਮੈਨੂੰ ਮੇਰੀ ਉਮਰ ਲੱਗਾ ਏ ਸੋ ਇਹ دیਵਾਨਾ ਹੈ ਮਤਲਬ ਕੋਈ ਵੀ ਕਿਸੇ ਚ ਗੁਣ ਹੈਗਾ ਗੁਰੂ ਸਾਹਿਬ ਦੀ ਕਵਿਤਾ ਦਾ دیਵਾਨਾ ਹੋਊਗਾ ਤੇ ਸਰੂਪ ਸਾਡੇ ਕੋਲੇ ਜਿਹੜੇ ਪੁਰਾਣੇ ਸਮੇਂ ਭਾਈ ਮਨੀ ਸਿੰਘ ਦੇ ਸਮੇਂ ਹਮ ਸਿੱਖਾਂ ਦੇ ਦੋਵੇਂ ਗ੍ਰੰਥਾਂ ਨੂੰ ਇੱਕ ਸਰੂਪ ਚ ਦਰਜ ਕਰ ਲਿਆ ਸੀ ਜਿੰਨਾਂ ਚੋ ਅੱਜ ਵੀ ਹੈਗੇ ਆ ਭਾਈ ਮਨੀ ਸਿੰਘ ਦਾ ਜਿਹੜਾ ਸਰੂਪ ਆ ਉਹਦੇ ਵਿੱਚ ਉਹਨਾਂ ਨੇ ਤਰਤੀਬ ਅਲੱਗ ਕਰਤੀ ਰਾਗਾਂ ਤੇ ਨਹੀਂ ਰੱਖੀ ਹੁਣ ਰਾਗਾਂ ਦੀ ਤਰਤੀਬ ਇਹ ਆ ਆਦ ਗੁਰ ਗ੍ਰੰਥ ਸਾਹਿਬ ਜੀ ਜਦ ਕੋਈ ਵੀ ਨਵਾਂ ਰਾਗ ਸ਼ੁਰੂ ਹੋਣਾ ਤਾਂ ਜਿਹੜੇ ਵੀ ਗੁਰੂ ਦੀ ਬਾਣੀ ਉਹ ਜੇ ਪਹਿਲਾਂ ਉਚਾਰੀ ਹੋਈ ਆ ਜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਚਰਿਤ ਗੁਰੂ ਨਾਨਕ ਦੇਵ ਜੀ ਦੀ ਪਹਿਲਾ ਬਾਣੀ ਦਰਜ ਹੋ ਜੇ ਗੁਰੂ ਨਾਨਕ ਦੇਵ ਜੀ ਨਹੀਂ ਬਾਣੀ ਹੈਗੀ ਔਰਾਗ ਚ ਤੀਜੇ ਪਾਤਸ਼ਾਹ ਦੀ ਤੇ ਤੀਜੇ ਪਾਤਸ਼ਾਹ ਦੀ ਹੋ ਫਿਰ ਅਗਲੇ ਪਾਤਸ਼ਾਹ ਦੀ ਫਿਰ ਭਗਤਾਂ ਦੀ ਹੋਊਗੀ ਹੁਣ ਭਾਈ ਮਨੀ ਸਿੰਘ ਦੀ ਤਰਤੀਬ ਤੋਂ ਤੁਸੀਂ ਸਮਝ ਲੈਣੇ ਕੋ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਜ਼ਿਆਦਾ ਤੌਰ ਤੇ ਛੰਦਾ ਵਿੱਚ ਆ ਰਾਗਾਂ ਵਿੱਚ ਥੋੜੀ ਆ ਹੁਣ ਉਹ ਜੇ ਉਹ ਮਤਲਬ ਉਹ ਤਰਤੀਬ ਰਾਗਾਂ ਵਾਲੀ ਰੱਖਦੇ ਆ ਤਾਂ ਉਹਨਾਂ ਨੂੰ ਜਿਹੜੀ ਬਾਣੀ ਆ ਗੁਰਤੇਗ ਬਹਾਦਰ ਜੀ ਤੋਂ ਬਾਅਦ ਚ ਦਰਜ ਕਰਨੀ ਪਊ ਹਰੇਕ ਰਾਗ ਚ ਸੋ ਉਹ ਚਾਹੁੰਦੇ ਸੀਗੇ ਵੀ ਗੁਰੂ ਸਾਹਿਬ ਦੀ ਬਾਣੀ ਪਹਿਲਾ ਦਰਜ ਹੋਵੇ ਤਰਤੀਬ ਵਾਰ ਉਹਨਾਂ ਨੇ ਉਹ ਕਰ ਦਿੱਤੀ ਪਹਿਲਾਂ ਗੁਰੂ ਨਾਨਕ ਜੀ ਸਾਰੀ ਬਾਣੀ ਤੇ ਤਰਤੀਬ ਵਾਰ ਜਾ ਕੇ ਗੁਰਗੋਬਿੰਦ ਸਿੰਘ ਜੀ ਬਾਣੀ ਤੋਂ ਬਾਅਦ ਫਿਰ ਭਗਤ ਬਾਣੀ ਉਹ ਕੀਤੀ ਤੇ ਸਰੂਪ ਅੱਜ ਵੀ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਹੈਗਾ ਜੀ ਮੌਜੂਦ ਹਾਂਜੀ ਸੋ ਹੁਣ ਜਿਹੜੀ ਤੁਹਾਡੀ ਗੱਲ ਆ ਇਹ ਦੇਵੀਆਂ ਵਾਲੀ ਇਹ ਵੀ ਉਦੋਂ ਹੀ ਸ਼ੁਰੂ ਹੋ ਗਈ ਸੀਗੀ ਗੋਰਿਆਂ ਦੇ ਸਮੇਂ ਅੱਛਾ ਹੁਣ ਭਾਈ ਕਾਨ ਸਿੰਘ ਨਾਭਾ ਨੇ ਤਾਂ ਖੁੱਲ ਕੇ ਲਿਖਿਆ ਇਹਦੇ ਬਾਰੇ ਆਪਦੀ ਕਿਤਾਬ ਦੇ ਵਿੱਚ ਪਰ ਇਸ਼ਾਰਾ ਉਹਨਾਂ ਦਾ ਮਤਲਬ ਨਜ਼ਰ ਉਹਨਾਂ ਦੀ ਪੁਜਾਰੀ ਵੱਲ ਸੀ ਹਮ ਪ੍ਰੋਫੈਸਰ ਸਾਹਬ ਸਿੰਘ ਦਾ ਜੋ ਤੁਸੀਂ ਟਿਕਾ ਪੜ੍ਹਦੇ ਹੋ ਕਿਉਂਕਿ ਹੁਣ ਉਹ ਸਿੰਘ ਸਭਾ ਲਾਹੌਰ ਨਾਲ ਸੰਬੰਧਿਤ ਸੀਗੇ ਤੁਹਾਨੂੰ ਕਲੀਅਰਲੀ ਪਤਾ ਲੱਗ ਜਾਂਦਾ ਵੀ ਉਹ ਪ੍ਰੈਸ਼ਰ ਅਧੀਨ ਨੇ ਉਹਨਾਂ ਤੋਂ ਕਿਹਾ ਜਾਂਦਾ ਵੀ ਇਤਿਹਾਸ ਥੋੜਾ ਬਹੁਤ ਉਹਦੇ ਖਤਮ ਕਰਨ ਦੀ ਉਹਨਾਂ ਤੋਂ ਕੋਸ਼ਿਸ਼ ਕਰਵਾਈ ਜਾਂਦੀ ਹੈ ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਦੱਸਣਗੇ ਵੀ ਆਪਾਂ ਇਦਾਂ ਕਰਨਾ ਉਹ ਪ੍ਰਭਾਵ ਹੀ ਲੈ ਲੈਂਦੇ ਆ ਗਰੀਬ ਘਰ ਤੋਂ ਸੀਗੇ ਹਣੀ ਪੀ ਨਹੀਂ ਜੀ ਨਹੀਂ ਆਹ ਕਹਾਣੀ ਕਿੱਥੋਂ ਹੋ ਜੀ ਇਹ ਤਾਂ ਆਪਾਂ ਟੀਪਾ ਖਰਾਬ ਕਰਨ ਆਪਣਾ ਵਧੀਆ ਬਣ ਰਿਹਾ ਉਹ ਫਿਰ ਕਿਤੇ ਨਾ ਕਿਤੇ ਉਹ ਵੀ ਸਮਝਦੇ ਨੇ ਮੇਰੇ ਤੋਂ ਕੀ ਕਰਵਾ ਰਹੇ ਨੇ ਕਿਉਂਕਿ ਕਈ ਸ਼ਬਦ ਜਿਹੜੇ ਆ ਉਹ ਕਹਿੰਦੇ ਇਹ ਜਿਹੜੀ ਸਾਖੀ ਜੁੜੀ ਹੋਈ ਹੈ ਇਹਦੇ ਨਾਲ ਇਹ ਸਹੀ ਨਹੀਂ ਲੱਗਦੀ ਹਾਂਜੀ ਫਿਰ ਉਹ ਇੱਕ ਥਾਂ ਜਾ ਕੇ ਫਿਰ ਉਹ ਕਹਿ ਜਾਂਦੇ ਆਪਦਾ ਇਸ਼ਾਰਾ ਦੇ ਜਾਂਦੇ ਆ ਬਈ ਵੈਸੀ ਤਾਂ ਕਹਿੰਦੇ ਹਰ ਸਾਖੀ ਪਰਥਾਏ ਹੋਇਆ ਕਰਦੀ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਨੇ ਪਰ ਇਹ ਸਹੀ ਨਹੀਂ ਲੱਗਦੀ ਹਾਂਜੀ ਇਹਦੇ ਨਾਲ ਉਹ ਦੱਸ ਗਏ ਵੀ ਮੇਰੇ ਤੇ ਯਕੀਨ ਨਾ ਕਰੋ ਹਾਂ ਵੀ ਮੈਂ ਪ੍ਰੈਸ਼ਰ ਦੀਨ ਆ ਫਿਰ ਉਹ ਆਪ ਦਾ ਜਿਹੜਾ ਇਹ ਦੀਵੀ ਪੂਜਾ ਕਾਦ ਕਿਹਾ ਉਹ ਵੀ ਫਿਰ ਇੱਕ ਕਹਾਣੀਆਂ ਦੇ ਦੀਨ ਹੀ ਆ ਕੇ ਆਪ ਦੀ ਗੱਲ ਕਹਿ ਜਾਂਦੇ ਆ ਹਮ ਜਦੋਂ ਸ਼ਲੋਕਾਂ ਦਾ ਟੀਕਾ ਕਰਨ ਲੱਗ ਜਦੇ ਨੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਦਾ ਉਹ ਉਹਨਾਂ ਦੇ ਇੱਕ ਹੈਗਾ ਰੋਟੀ ਮੇਰੀ ਕਾਠ ਕੀ ਉਹਦੇ ਨੂੰ ਆਧਾਰ ਬਣਾ ਕੇ ਉਹ ਇਹ ਲਿਖ ਜਾਂਦੇ ਨੇ ਵੀ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਕਈ ਸ਼ਬਦਾਂ ਨੂੰ ਗਲਤ ਸਮਝ ਕੇ ਲੋਕਾਂ ਨੇ ਦੇਵੀ ਪੂਜਕਾਦ ਕਹਾਣੀਆਂ ਕੱਢ ਲਈਆਂ ਇਸੇ ਤਰ੍ਹਾਂ ਬਾਬਾ ਫਰੀਦ ਦੇ ਸ਼ਲੋਕਾਂ ਨੂੰ ਗਲਤ ਸਮਝ ਕੇ ਕਹਾਣੀਆਂ ਬਣਾ ਲਈਆਂ ਸੋ ਇਹ ਉਹ ਇਸ਼ਾਰਾ ਦੇ ਗਏ ਵੀ ਇਹ ਦੇਵੀ ਪੂਜਕ ਕਹਾਣੀਆਂ ਨਹੀਂ ਹੈਗੀਆਂ ਜੀ ਹੁਣ ਜਦੋਂ ਇਹ ਸ਼ਿਵਾ ਕਹਿੰਦੇ ਆ ਦੇਖੇ ਸ਼ਿਵਾ ਇਹਦੇ ਵਿੱਚ ਕੋਈ ਤਾਂ ਸ਼ਿਵ ਕਹਿੰਦਾ ਕੋਈ ਸ਼ਿਵਾ ਪਾਰਵਤੀ ਕਹਿੰਦਾ ਹੁਣ ਜਿਸ ਤਰ੍ਹਾਂ ਰਾਮ ਰਾਮਚੰਦਰ ਜੀ ਵੀ ਨੇ ਪਰਮਾਤਮਾ ਵੀ ਨੇ ਇਸੇ ਤਰ੍ਹਾਂ ਸ਼ਿਵ ਸ਼ਿਵ ਜੀ ਵੀ ਆ ਤੇ ਸ਼ਿਵ ਪਰਮਾਤਮਾ ਵੀ ਆ ਜਦੋਂ ਸ਼ਿਵਾ ਕਿਹਾ ਜਾਂਦਾ ਉਹ ਸ਼ਿਵਾਦੀ ਘਰ ਵਾਲੀ ਵੀ ਬਣੂਗਾ ਤੇ ਜਦੋਂ ਸ਼ਿਵ ਨੂੰ ਪਰਮਾਤਮਾ ਰੱਖਦੇ ਆ ਤੁਹ ਪਰਮਾਤਮਾ ਦੀ ਔਰਤ ਜਿਹੜੀ ਉਹਦੀ ਸ਼ਕਤੀ ਹੈ ਉਹ ਆਉਗੀ ਹਾਂਜੀ ਹੁਣ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਵਿੱਚ ਜੇ ਤੁਸੀਂ ਪੜੋਗੇ ਉਹਦੇ ਵਿੱਚ ਸ਼ਿਵ ਦੀ ਘਰ ਵਾਲੀ ਵੀ ਕਿਹਾ ਹੋਇਆ ਤੇ ਨਾਲ ਉਹਨਾਂ ਨੇ ਪਰਮਾਤਮਾ ਦੀ ਸ਼ਕਤੀ ਵੀ ਲਿਖਿਆ ਹੋਇਆ ਤੇ ਉਹਦੇ ਨਾਲ ਸ਼ਕਤੀ ਦੇ ਫਿਰ ਇਸੇ ਸ਼ਬਦ ਦੀ ਉਦਾਹਰਣ ਦਿੱਤੀ ਹੋਈ ਹੈ ਤੇ ਫਿਰ ਇੱਕ ਜਿਹੜਾ ਕਾਲ ਕਾਲ ਆਉਂਦਾ ਆ ਹਾਂਜੀ ਉਹ ਇਹ ਪੰਕਤੀ ਵਰਤਦੇ ਤਹ ਤਹ ਹਮ ਅਧਿਕ ਤਪਸ਼ਿਆ ਸਾਦੀ ਮਹਾਕਾਲ ਕਾਲ ਕਾਰ ਆਦੀ ਇਹ ਕਹ ਕੇ ਉਹ ਕਹਿੰਦੇ ਵੀ ਦੇਖੋ ਜੀ ਇਹ ਜਿਹੜਾ ਲਖਾਰੀ ਆ ਉਹ ਮਹਾਕਾਲ ਕਾਲ ਦਾ ਤੇ ਮਹਾ ਕਾਲਕਾਰ ਦਾ ਪੁਜਾਰੀ ਆ ਤੇ ਇਹ ਫਿਰ ਇੱਥੇ ਇੱਕ ਮਤ ਤਿੰਨ ਹੋ ਜਾਂਦੇ ਆ ਇਹ ਇੱਕ ਮਹਾਕਾਲ ਹੋ ਗਿਆ ਕਾਲਕਾ ਹੋ ਗਈ ਇੱਕ ਹੋ ਗਿਆ ਜਿਹੜਾ ਪੂਜਾ ਕਰਨ ਵਾਲਾ ਹੁਣ ਜੇ ਤੁਸੀਂ ਗਾਹਲੀ ਪੰਕਤੀ ਪੜੋਗੇ ਉਹ ਤੇ ਦਰਜਿਆ ਕਿ ਇਹ ਵਿਦਕਰਤ ਤਪੱਸਿਆ ਭਿਓ ਦਵਾਇਆ ਤੇ ਇੱਕ ਰੂਪ ਹੋ ਗਏ ਭਈ ਇਹ ਵਿਦਿਨਾ ਤਪੱਸਿਆ ਕੀਤੀ ਵੀ ਅਸੀਂ ਦੋ ਤੋਂ ਇੱਕ ਹੋ ਗਏ ਹੁਣ ਇਹਦਾ ਮਤਲਬ ਮਹਾ ਤੇ ਕਾਲ ਤੇ ਕਾਲ ਕਰਦਾ ਹੈ ਨਹੀਂ ਉਹ ਐਕਚੁਅਲੀ ਕਾਲ ਕਾ ਦਾ ਮਤਲਬ ਹੈ ਕਾਲ ਦਾ ਜਿਹੜਾ ਕਾਲ ਦਾ ਵੀ ਮਹਾਕਾਲ ਕਰਦਾ ਖਾਤਮਾ ਕਰਦਾ ਮੈਂ ਉਸ ਦਾ ਰਾਧ ਦੀ ਸੀਗਾ ਉਹ ਹੈ ਪ੍ਰਮਾਤਮਾ ਹਾਂਜੀ ਹੋਰਾਂ ਪੰਕਤੀਆਂ ਵੀ ਗੁਰੂ ਸਾਹਿਬ ਕਲੀਅਰ ਕਰਦੇ ਨੇ ਵੀ ਔਰ ਸੋ ਕਾਲ ਸਭੇ ਬਸ ਕਾਲ ਕੇ ਹੈ ਹੁਣ ਔਰ ਸੋ ਕਾਲ ਮਤਲਬ ਹਰੇਕ ਵਿਅਕਤੀ ਦਾ ਕਾਲ ਹੈ ਆਪਣਾ ਸਮਾਂ ਹੈ ਇਹ ਸਾਰੇ ਕਹਿੰਦੇ ਉਸ ਕਾਲ ਅਧੀਨ ਨੇ ਖਤਮ ਹੋਣਾ ਇਹਨਾਂ ਨੇ ਏਕ ਹੀ ਕਾਲ ਅਕਾਲ ਸਦਾ ਹੈ ਉਹ ਪ੍ਰਮਾਤਮਾ ਤੇ ਸਾਰੀ ਗੱਲ ਉਹਨਾਂ ਦੀ ਜਾਂਦੀ ਹੈ ਹਾਂਜੀ ਤੇ ਭਗੋਤੀ ਜਿਹੜੀ ਇਹ ਕਹਿੰਦੇ ਆ ਦੁਰਗਾ ਆ ਉਹ ਸਾਨੂੰ ਮਤਲਬ ਦੂਜੀ ਪੌੜ ਤੋਂ ਸਾਰੀ ਗੱਲ ਸਮਝ ਲੱਗ ਜਾਂਦੀ ਆ ਇਹ ਸ਼ੁਰੂ ਹੁੰਦੀ ਆ ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਉਹਦੇ ਚ ਭਗੋਤੀ ਕਿਹਨੂੰ ਕਹਿੰਦੇ ਆ ਜੀ ਆਪਾਂ ਪ੍ਰਥਮ ਭਗੋਤੀ ਚ ਪ੍ਰਥਮ ਭਗੋਤੀ ਚ ਪਰਮਾਤਮਾ ਦੀ ਇਸੇ ਸ਼ਕਤੀ ਨੂੰ ਕਹਿੰਦੇ ਆ ਹਾਂਜੀ ਉਹ ਦੂਸਰੀ ਐਕਚੁਅਲੀ ਪੌੜੀ ਦੇ ਵਿੱਚ ਕਲੀਅਰ ਹੋ ਜਾਂਦੀ ਆ ਗੱਲ ਕਿਉਂਕਿ ਇਹ ਪੌੜੀ ਸਮਾਪਤ ਇੱਥੇ ਹੁੰਦੀ ਆ ਤੇਗ ਬਹਾਦਰ ਸਿਮਰੀਆ ਘਰ ਨੌਂ ਨਦੇ ਆਵ ਤਾਏ ਸਭ ਥਾਈ ਹੋਏ ਸਹਾਏ ਹਾਂਜੀ ਇੱਥੇ ਹੀ ਸਮਾਪਤ ਗੁਰੂ ਸਾਹਿਬ ਕਰ ਦਿੰਦੇ ਨੇ ਇਹ ਵੀ ਇੱਕ ਸਬੂਤ ਆ ਕਿ ਇਹਦੇ ਰਚਨਹਾਰ ਗੁਰੂ ਸਾਹਾਬ ਆਪ ਨੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਗੁਰੂਆਂ ਸਮੇਂ ਗੁਰੂ ਅੰਗਦ ਦੇਵ ਜੀ ਦਾ ਸਮੇਂ ਜਿਹੜੀ ਅਰਦਾਸ ਸੀ ਉਹ ਚ ਕੇਵਲ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ ਜਾਂਦਾ ਸੀ ਗੁਰੂ ਅੰਗਦ ਦੇਵ ਜੀ ਨੇ ਆਪਣਾ ਨਾਮ ਬਰਾਬਰ ਨਹੀਂ ਰੱਖਿਆ ਇਹ ਤੋਂ ਬਾਅਦ ਚ ਫਿਰ ਗੁਰੂ ਅਮਰਦਾਸ ਜੀ ਜਦੋਂ ਗੁਰੂ ਬਣਦੇ ਨੇ ਉਦੋਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦਾ ਨਾਮ ਸ਼ਾਮਿਲ ਕਰਤਾ ਪਰ ਆਪਣਾ ਨਾਮ ਉਹਨਾਂ ਨੇ ਬਾਹਰ ਰੱਖਿਆ ਸੋ ਆਹੀ ਤਰਤੀਬ ਇੱਥੇ ਗੁਰੂ ਸਾਹਿਬ ਵਰਤ ਰਹੇ ਨੇ ਅੱਗੇ ਫਿਰ ਪੌੜੀ ਸਵਦੀ ਹਾਂਜੀ ਅੱਛਾ ਆ ਇਹ ਪੂਰੀ ਗੱਲ ਫਿਰ ਸ਼ੇਵ ਵਾਲਾ ਬਹੁਤ ਰੌਲਾ ਪਾਉਂਦੇ ਨੇ ਵੀ ਸ਼ਿਵ ਜੀ ਦਾ ਜਿਹੜਾ ਵੀ ਉਹ ਸ਼ਿਵ ਜੀ ਨੂੰ ਕਹਿਆ ਦੇ ਸ਼ੇਵ ਵਾਲ ਮੋਏ ਨਹੀਂ ਨਹੀਂ ਇਹ ਤਾਂ ਇਹ ਤਾਂ ਮਤਲਬ ਹਰ ਇੱਕ ਚੀਜ਼ ਦੇ ਮੈਂ ਆਰਾਮ ਵੀ ਆਊਗਾ ਤਾਂ ਉਹ ਵਿੱਚ ਆਊਗਾ ਦੂਜਾ ਵੀ ਆਰਾਮ ਉਹ ਸ਼ਿਵ ਵੀ ਉਹ ਉਹ ਵੀ ਆਉ ਪਰਮਾਤਮਾ ਵੀ ਆਊਗਾ ਸੋ ਦੂਜੀ ਪੌੜੀ ਗੁਰੂ ਸਾਹਿਬ ਸ਼ੁਰੂ ਕਰਦੇ ਨੇ ਚੱਡੀ ਦੀ ਬਾੜ ਦੀ ਉਹ ਹੈ ਖੰਡਾ ਪ੍ਰਸਮੈ ਸਾਜ ਕੇ ਜਿੰਨ ਸੰਸਾਰ ਪਾਇਆ ਹੁਣ ਇਹ ਖੰਡਾ ਸ਼ਬਦ ਵਰਤ ਕੇ ਉਹ ਤਿੰਨ ਚੀਜ਼ਾਂ ਕਵਰ ਕਰ ਗਏ ਗੁਰੂ ਸਾਹਿਬ ਇੱਕ ਤਾਂ ਅਸੀਂ ਖੰਡ ਜਿਹਦਾ ਵਰਮੰਡ ਦੇ ਹਿੱਸਿਆਂ ਨੂੰ ਵੀ ਕਹਿ ਦਿੰਦੇ ਹਾਂ ਇਹ ਇਹ ਖੰਡਾ ਪਰਮੰਡਾ ਦੀ ਗੱਲ ਆ ਹਾਂਜੀ ਦੂਸਰਾ ਪਰਮਾਤਮਾ ਦੀ ਸ਼ਕਤੀ ਵੀ ਜਿਨ ਸਭ ਸੰਸਾਰ ਉਪਾਇ ਜੀ ਨੇ ਸਾਰਾ ਸੰਸਾਰ ਪੈਦਾ ਕੀਤਾ ਯਾਨੀ ਤੇ ਤੀਸਰਾ ਜਿਹੜਾ ਖੰਡਾ ਆ ਉਹਦਾ ਜਿਹੜਾ ਉਹਦੇ ਦੋ ਧਾਰਾ ਹੁੰਦੀਆਂ ਖੰਡੇ ਦੇ ਤੇ ਨਰਾਕਾਰ ਰੂਪ ਦਾ ਜਿਹੜਾ ਖੰਡਾ ਆ ਉਹਦੀਆਂ ਉਹ ਦੋ ਧਾਰਾ ਨੇ ਨੇਕੀ ਤੇ ਬਦੀ ਉਹਨੂੰ ਚਾਹੇ ਕੁਝ ਕਹ ਲੋ ਚੰਗਿਆਈ ਬੁਰਿਆਈ ਝੂਠ ਸੱਚ ਜੋ ਮਰਜੀ ਕਹ ਲੋ ਹਾਂਜੀ ਉਹ ਵੀ ਕਵਰ ਕਰ ਗਏ ਗੁਰੂ ਸਾਹਿਬ ਸੋ ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਰਚਾਏ ਬਣਾਇਆ ਸੋ ਸਾਡੇ ਸਿੱਖ ਧਰਮ ਇਹ ਕਹਿੰਦਾ ਵੀ ਹਾਂ ਇਹੀ ਬ੍ਰਹਮਾ ਵਿਸ਼ਨੂੰ ਸ਼ਵੀ ਇਹ ਖੇਲ ਖੇਲ ਰਹੇ ਨੇ ਲੇਕਿਨ ਇਹ ਪ੍ਰਮਾਤਮਾ ਦੀ ਨਿਜ ਜਿਸ ਤਰ੍ਹਾਂ ਇੱਥੇ فرمایا ਗਿਆ ਇਹ ਕਮਾਈ ਚ ਵੀ ਅਸੀਂ ਆਉਂਦਾ ਇੱਕ ਕਮਾਈ ਯੁਗਤ ਪਈ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਜਿਹੜਾ ਸੰਸਾਰ ਪੈਦਾ ਕਰਨ ਵਾਲਾ ਇੱਕ ਭੰਡਾਰੀ ਭੰਡਾਰੇ ਭਰਨ ਵਾਲਾ ਵਿਸ਼ਨੂੰ ਹਾਂਜੀ ਇੱਕ ਲਾਇਦਵਾਨ ਜਿਹੜਾ ਕਚਹਿਰੀ ਲਾ ਕੇ ਨਵੇੜਾ ਕਰਦਾ ਫਿਰ ਤੇ ਹੋਰ ਵੀ ਪੰਕਤੀਆਂ ਆਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈਗੀਆਂ ਨੇ ਸੋ ਗੁਰੂ ਸਾਹਿਬ ਅੱਗੇ ਫਰਵਾਉਂਦੇ ਨੇ ਇਹੀ ਸ਼ਕਤੀ ਖੰਡਾ ਪ੍ਰਥਮੇ ਸਾਜ ਕੇ ਜਿਸ ਸਭ ਸੰਸਾਰ ਆਪਾਇਆ ब्रह्मा ਵਿਸ਼ਨ ਮੇ ਹੀ ਸਾਜ ਕੁਦਰਤ ਦਾ ਖੇਲ ਚਾਇ ਬਣਾਇਆ ਸਿੰਧ ਪਰਬਤ ਮੇਦਨੀ ਸਿੰਧ ਹੈ ਸਮੁੰਦਰ ਹਮ ਪਰਬਤ ਪਹਾੜ ਮੇਦਨੀ ਧਰਤੀ ਭਾਵ ਇਸੇ ਸ਼ਕਤੀ ਨੇ ਫਿਰ ਇਸ ਧਰਤੀ ਨੂੰ ਪਰਬਤਾਂ ਤੇ ਸਮੁੰਦਰ ਸਮੇਤ ਰਚ ਕੇ ਕੀ ਕੀਤਾ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਬਿਨਾ ਥੰਮਾ ਤੋਂ ਬਿਨਾ ਪਿੱਲਰਾਂ ਤੋਂ ਇਸ ਮਾਨ ਚ ਟਿਕਾਤੀ ਏ ਧਰਤੀ ਹੁਣ ਇਹ ਦੁਰਗਾ ਨਹੀਂ ਕਰ ਰਹੀ ਅੱਗੇ ਕੀ ਆਉਂਦਾ ਸਿਰਜੇ ਦਾਨੋ ਦੇਵਤੇ ਦੇਵਤੇ ਤੇ ਦਾਇਤ ਸਾਜੇ ਇਸੇ ਸ਼ਕਤੀ ਨੇ ਤਿੰਨ ਅੰਦਰ ਬਾਦਰ ਚ ਆਇਆ ਝਗੜਾ ਵੀ ਉਹਨੇ ਹੀ ਪੈਦਾ ਕੀਤਾ ਤੈ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ ਆ ਦੂਜੀ ਪੌੜੀ ਦੇ ਵਿੱਚ ਕਲੀਅਰ ਹੋ ਜਾਏ ਵੀ ਭਗਉਤੀ ਦੁਰਗਾ ਨਹੀਂ ਹੈਗੀ ਭਗਉਤੀ ਦੁਰਗਾ ਨੂੰ ਸਾਜਣ ਵਾਲੀ ਆ ਉਹੀ ਪ੍ਰਥਮੀ ਸਾਜਣ ਵਾਲੀ ਆ ਹਾਂਜੀ ਅੱਗੇ ਵੀ ਫਿਰ ਆਉਂਦਾ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਅੰਦਿਆ ਸਰਕਾਇਆ ਰਾਮਚੰਦ ਨੇ ਤੇਤੋਂ ਬਲ ਰਿਆ ਆਪ ਨਹੀਂ ਉਹਨੇ ਮਾਰਿਆ ਰਾਵਣ ਨੂੰ ਤੇਤੋਂ ਬਲਿਆ ਤੇਤੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਇਦੇ ਦੋ ਅਰਥ ਨਿਕਲਦੇ ਨੇ ਇੱਕ ਕੇਸੀ ਕੰਸ ਦਾ ਸਾਥੀ ਸੀ ਉਹ ਵੀ ਕ੍ਰਿਸ਼ਨ ਜੀ ਨੇ ਮਾਰਿਆ ਸੀ ਦੂਜਾ ਇਹ ਨਿਕਲਦਾ ਵੀ ਕੇਸਾਂ ਤੋਂ ਫੜ ਕੇ ਉਹਨੂੰ ਥੱਲੇ ਸੁੱਟਿਆ ਆਦ ਗੁਰੂ ਗ੍ਰੰਥ ਸਾਹਿਬ ਜੀ ਚ ਵੀ ਆਉਂਦਾ ਆ ਕੇਸੀ ਕੰਸ ਮਥਾ ਨੇ ਜਿੰਕੀ ਆ ਮਤਲਬ ਹੁੰਦਾ ਮਧੋਲਣਾ ਰੜਕਣਾ ਜਿਹੜਾ ਕੋਈ ਵੱਡਾ ਦੋਸ਼ਕ ਹੁੰਦਾ ਸੀ ਉਹਨੂੰ ਫਿਰ ਕੇਸਾਂ ਤੋਂ ਫੜ ਕੇ ਮਧੋਲਦੇ ਹੁੰਦੇ ਸੀਗੇ ਤੇ ਅੱਗੇ ਆਉਂਦਾ ਬੜੇ ਬੜੇ ਮਨ ਦੇਵਤੇ ਕਈ ਯੁੱਗ ਤੀ ਨੀ ਤਨਤਾ ਆ ਬਹੁਤ ਸਮਾਂ ਉਹਨਾਂ ਨੇ ਮਤਲਬ ਤੈਨੂੰ ਲੱਭਦੇ ਰਹੇ ਹਨ ਕਿਨੀ ਤੇਰਾ ਅੰਤ ਨਾ ਪਾਇਆ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ ਸੁਰਨਾਤਾ ਬਹੁਤ ਹੀ ਦੁਰਗਾ ਆ ਨਾ ਕਾਲਕਾ ਕਾਲੀ ਆ ਤੇ ਨਾ ਹੀ ਜਿਹੜੇ ਸ਼ਿਵਾ ਆ ਵੀ ਉਹ ਸ਼ਿਵ ਜੀ ਆ ਹਾਂਜੀ ਅੱਛਾ ਸੇਖੋ ਸਾਹਿਬ ਇਹ ਮੈਨੂੰ ਇਉਂ ਲੱਗਦਾ ਵੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣ ਨਹੀਂ ਸਕੇ ਵੀ ਤਾਂ ਸ਼ੰਕੇ ਅਸੀਂ ਇਸ ਗ੍ਰੰਥ ਬਾਰੇ ਕਰਦੇ ਆ ਕਿਉਂਕਿ ਇਹ ਸਾਡੀ ਬਾਣੀ ਤੇ ਆਮ ਬੰਦਿਆਂ ਦੀ ਪਕੜ ਨਹੀਂ ਹੈ ਤੇ ਜਿਹੜਾ ਕੋਈ ਕਹਿੰਦਾ ਉਸ ਤਰ੍ਹਾਂ ਹੀ ਸੁਣ ਲੈਣੇ ਅਸੀਂ ਇਹ ਵੀ ਕਾਰਨ ਆ ਵੱਡਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਆ ਜੀ ਚਾ ਇਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲਈਏ ਤਾਂ ਮਤਲਬ ਫਿਰ ਸਾਡੇ ਮੂਰੇ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਹਾਂਜੀ ਹੁਣ ਅੱਜ ਕੱਲ੍ਹ ਦੇਵੀ ਦੇਵਤਿਆਂ ਖਿਲਾਫ ਬੋਲੀ ਜਾਂਦੇ ਆ ਤੇ ਮੈਂ ਤੁਹਾਨੂੰ ਇੱਕ ਉਦਾਹਰਣਾ ਦੇ ਦਿੰਦਾ ਵੀ ਅਸੀਂ ਬਣੇ ਕੀ ਆ ਅਮਰੀਕਾ ਦੇ ਵਿੱਚ ਇੱਕ ਗੁਰਦੁਆਰੇ ਵਿੱਚ ਹਰਪਾਲ ਸਿੰਘ ਪੰਨੂ ਆਪ ਦਾ ਭਾਸ਼ਣ ਦੇ ਰਹੇ ਸੀ ਸਪੀਚ ਤੋਂ ਬਾਅਦ ਚ ਤਿੰਨ ਨੌਜਵਾਨ ਸਿੰਘ ਸਪੂਰਨ ਸਰੂਪ ਵਾਲੇ ਚੱਲ ਗਏ ਉੱਥੇ ਕਹਿੰਦੇ ਜੀ ਤੁਸੀਂ ਆਪਣੇ ਕਹਿੰਦੇ ਲੈਕਚਰਾਂ ਵਿੱਚ Hindu ਦੇਵੀ ਦੇਵਤਿਆਂ ਦਾ ਬੜਾ ਜ਼ਿਕਰ ਕਰਦੇ ਹੋ ਉਹ ਕਹਿੰਦੇ ਵੀ ਜਦੋਂ ਬਾਣੀ ਚਾਉਂਦੇ ਆ ਫਿਰ ਕੀ ਸਾਨੂੰ ਉਹਨਾਂ ਦੀ ਸਮਝ ਨਹੀਂ ਹੋਣੀ ਚਾਹੀਦੀ RAM ਗਏ ਰਾਵਣ ਗਏ ਕਹਿੰਦੇ ਵੀ ਜੇ ਤੁਹਾਨੂੰ ਇਹ ਗਿਲਾ ਆ ਵੀ ਇਹ Hindu ਸੀਗੇ ਤਾਂ ਫਿਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਵੀ ਹਿੰਦੂ ਸੀਗੇ। ਹੂੰ। ਤੇ ਇੱਕ ਜਣਾ ਵਿੱਚੋਂ ਕਹਿੰਦਾ ਵੀ ਮੈਨੂੰ ਤਾਂ ਇਹ ਗੱਲ ਦੀ ਵੀ ਬਹੁਤ ਸ਼ਰਮ ਆਉਂਦੀ ਹੈ ਕਹਿੰਦਾ। ਹੁਣ ਇਹ ਸ਼ਰਮ ਆਉਂਦੀ ਹੈ। ਗੁਰੂ ਰਾਮਦਾਸ ਜੀ ਫਰਵਾਉਂਦੇ ਨੇ ਵੀ ਉਸ ਪਿਤਾ ਵੀ ਕੁੱਲ ਸਭ ਤਾਂ ਨੇ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਨ ਗੁਰੂ ਜਣੇ ਮਾਈ। ਹਣੀ। ਹੂੰ ਹੂੰ ਹੂੰ। ਤੇ ਸਾਡੇ ਸਰੀ ਦੀ ਇੱਕ ਉਦਾਹਰਣ ਦੇ ਦਿੰਨਾ ਮੈਂ। ਹੂੰ। ਯਾ ਘਰ ਦੇ ਵਿੱਚ ਸੀ ਪਤਾ ਨਹੀਂ ਸੁਖਨੀ ਸਾਹਿਬ ਦਾ ਪਾਠ ਸੀ ਜਾਂ ਖੰਡਪਾਠ ਸਾਹਿਬ ਦਾ ਭੋਗ ਸੀ। ਇੱਕ ਬਜ਼ੁਰਗ ਕੋਈ ਕਥਾ ਕਰ ਰਿਹਾ ਸੀ। ਉਹ ਬਾਅਦ ਚ ਉਹ ਬਜ਼ੁਰਗ ਨੂੰ ਬਾਹਰ ਕਹਿੰਦੇ ਤੂੰ ਛੇਸ਼ਨਾਗ ਦੀ ਗੱਲ ਕਰਦਾ ਵੀ ਜਿੱਥੇ ਸਾਡੇ ਗੁਰੂ ਸਾਹਿਬ ਨੇ ਜਿੱਥੋਂ ਕੱਢਿਆ ਹੋਇਆ ਸਾਨੂੰ ਉੱਥੇ ਤੂੰ ਬਾੜੀ ਜਾਂਦੇ ਸਾਨੂੰ ਉਹ ਕਹਿੰਦੇ ਉਹਦੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਚ ਆਉਂਦੀ ਐ ਦੱਸ ਕਹਿੰਦੇ ਕਿਹੜੇ ਹੋਏ ਰੰਗ ਤੇ ਆਉਂਦੀ ਐ ਦੱਸ ਹਨਾ ਕਹਿੰਦੇ ਮੈਨੂੰ ਨਹੀਂ ਯਾਦ ਇਦਾਂ ਵੀ ਕਿਹੜੇ ਅੰਗ ਤੇ ਨਹੀਂ 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 ਤੁਸੀਂ ਜਿੱਥੇ ਹੋਣੇ ਗੁਰੂ ਸਾਹਿਬ ਨੇ ਕੱਢਿਆ ਉੱਥੇ ਬਾੜੀ ਜਾਂਦੇ ਮਤਲਬ ਬੁੱਲਿੰਗ ਕਰ ਰਹੇ ਸੀਗੇ ਹੁਣ ਇਹ ਇਹ ਤਰੀਕਾ ਗਲਤ ਐ ਤੁਸੀਂ ਕਿਸੇ ਨੂੰ ਚੁਣੌਤੀ ਦੇ ਸਕਦੇ ਹੋ ਵੀ ਮੈਂ ਪਾਠ ਕੀਤਾ ਹੋਇਆ ਵਿੱਚ ਗੱਲ ਹੈ ਨਹੀਂਗੀ ਤੂੰ ਗਲਤ ਕਹਿ ਰਿਹਾ ਤੂੰ ਗਲਤ ਕਹਿ ਰਿਹਾ ਆ ਕੇ ਸਿੱਧ ਇਹ ਥੋੜਾ ਤੁਸੀਂ ਕਹਿ ਕਹ ਸਕਦਾ ਮੈਂ ਮੈਂ ਪੜਾਂ ਜਾਂ ਨਾ ਪੜਾਂ ਪਰ ਤੂੰ ਮੈਨੂੰ ਸਿੱਧ ਕਰ ਕਿ ਮੈਂ ਕਹਿ ਰਿਹਾ ਵੀ ਤੂੰ ਸਿੱਧ ਕਰ ਮੈਨੂੰ ਨਾ ਰਾਈਟ ਇਹ ਅਨਪੜ ਜੱਜ ਬਣਦਾ ਹੁੰਦਾ ਜਿਹੜਾ ਮੈਜੋਰਟੀ ਅਸੀਂ ਬਣ ਚੁੱਕੇ ਹਾਂ ਹਾਂ ਇਹੀ ਕਾਰਨ ਆ ਬੜਾ ਇਹਦਾ ਕਾਰਨ ਹਾਂਜੀ ਇਹਦਾ ਤਰੀਕਾ ਵੀ ਕਿਸ ਤਰ੍ਹਾਂ ਲੈ ਕੇ ਗਏ ਨੇ ਨਾ ਉੱਥੇ ਇਹ ਮੈਂ ਜਿਹੜੀ ਪਿਛਲੀ ਾਰ ਮੈਂ ਦੱਸਿਆ ਸੀਗਾ ਵੀ ਕਿਸ ਤਰ੍ਹਾਂ ਅਖੀਰ ਤੇ ਦੋ ਪੰਗਤੀਆਂ ਛੱਡ ਜਾਂਦੇ ਨੇ ਹੁਣ ਜੇ ਮੈਂ ਇੱਥੇ ਕ੍ਰਿਸ਼ਨ ਜੀ ਕਹਾ ਤੇ ਤਕਰੀਬਨ ਲੋਕ ਉਸ ਸਥਿਤੀ ਚ ਨੇ ਖਿਜਣਗੇ ਜੇ ਮੈਂ ਕਹਿੰਦੇ ਆ ਕਿ ਕ੍ਰਿਸ਼ਨ ਜੀ ਸੰਤ ਸੀਗੇ ਉਹ ਕਹਿੰਗੇ ਕਹਿਣਗੇ ਦਿਮਾਗ ਫਿਰ ਗਿਆ ਬੰਦੇ ਦਾ ਹਾਂਜੀ ਜੇ ਮੈਂ ਕਹਾਂ ਤੇ ਮੈਂ ਗੁਰੂ ਨਾਨਕ ਦੇਵ ਜੀ ਨੇ ਕ੍ਰਿਸ਼ਨ ਸੰਤ ਆਖਿਆ ਤਾਂ ਹੱਥ ਤਾਂ ਸਿੱਦੇ ਸੋਟਿਆਂ ਤੇ ਜਾਣਗੇ ਕਿ ਨਹੀਂ ਹਾਂਜੀ ਪਰ ਇਹ ਹਕੀਕਤ ਆ ਤੇ ਉਹ ਪੰਨਾ ਯਾਦ ਰੱਖਣਾ ਬਹੁਤ ਸੌਖਾ 224 ਆ 2 ਤੇ 2 4 ਹੁੰਦੇ ਆ ਹੈ ਵੀ ਤਕਰੀਬਨ ਅਖੀਰ ਤੇ ਹੋਉਂਦੀ ਬਹੁਤ ਸੌਖਾ ਕਰ ਲੈਣਾ ਲੱਭਣਾ ਆਖਰੀ ਇੱਕ ਪੰਨ ਪੰਗਤੀ ਛੱਡ ਲੈਣ ਕਿਉਂਕਿ ਉਹ ਅਗਲੇ ਬੰਦ ਦੀ ਆ ਉਦੋਂ ਪਹਿਲੀਆਂ ਤਿੰਨ ਪੰਕਤੀਆਂ ਨੇ ਜਿਹੜੀਆਂ ਉਹ ਚ ਗੁਰੂ ਸਾਹਿਬ ਫਰਮਾਉਂਦੇ ਨੇ ਜਰਾ ਸੰਤ ਕਾਲਜ ਮੋਨ ਸੰਘਾਰੇ ਰਕਤ ਬੀਜ ਕਾਲ ਨੀਮ ਬਿਜ਼ਾਰੇ ਮਤਲਬ ਜਰਾਸੰਧ ਜਰਾਸੰਧ ਕਾਲਜ ਮਨ ਸੰਘਾਰੇ ਸੰਘਾਰੇ ਦਾ ਮਤਲਬ ਮਾਰਨੇ ਖਤਮ ਕਰਨੇ ਹੁਣ ਇੰਨੀ ਕੁ ਚੀਜ਼ਾਂ ਸਮਝਣ ਨੂੰ ਤਾਂ ਭਾਰਤ ਦਾ ਇਤਿਹਾਸ ਜਾਨਣਾ ਪਊਗਾ ਪਰ ਜਿਹੜਾ ਹੁਣ ਗੁਰੂ ਗੰਗ ਸਾਹਿਬ ਵੀ ਸਮਝ ਕੇ ਕੋਈ ਗੱਲ ਕਰਦਾ ਉਹ ਤੇ ਦੋਸ਼ ਲਾ ਦਿੰਦੇ ਆ ਵੀ ਯਾਰਾ ਹਿੰਦੂ ਸਕਾਲਰ ਹਾਂਜੀ ਹੁਣ ਜਰਾਸੰਧ ਕੌਣ ਸੀਗਾ ਕ੍ਰਿਸ਼ਨ ਜੀ ਦੀ ਜਨਮ ਦੇਣ ਵਾਲੀ ਮਾਤਾ ਦਾ ਨਾਮ ਸੀ ਦੇਵਕੀ ਦੇਵਕ ਦੇ ਬਾਪ ਦਾ ਨਾਮ ਸੀ ਦੇਵਕ ਦੇਵਕ ਦਾ ਭਰਾ ਸੀ ਉਗਰਸੈਨ ਉਗਰਸੈਨ ਜਿਹੜਾ ਸੀਗਾ ਉਹਨੇ ਦੇਵਕੀ ਨੂੰ ਗੋਦ ਲੈ ਕੇ ਪਾਲਿਆ ਸੀ ਇਸ ਲਈ ਕਈ ਵਾਰ ਗੁਰੂ ਆਪਣੇ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਨਾਨਾ ਨੂੰ ਜਿਹੜੇ ਹੈਗੇ ਆ ਉਹ ਉਗਰਸੈਨ ਕਹਿ ਦਿੱਤਾ ਜਾਂਦਾ ਉਗਰਸੈਨ ਦਾ ਪੁੱਤਰ ਸੀ ਕੰਸ ਕੰਸ ਨੇ ਆਪਣੇ ਪਿਤਾ ਨੂੰ ਬੰਦੀ ਬਣਾ ਕੇ ਰਾਜ ਸੰਭਾਲ ਲਿਆ ਤੇ ਜ਼ੁਲਮ ਕੀਤਾ ਕ੍ਰਿਸ਼ਨ ਜੀ ਨੇ ਫਿਰ ਉਹਨੂੰ ਮਾਰ ਕੇ ਕੰਸ ਨੂੰ ਰਾਜ ਭਾਗ ਆਪ ਨਹੀਂ ਸਵਾਲਿਆ ਵਾਪਸ ਆਪਦੇ ਨਾਨੇ ਨੂੰ ਦਿੱਤਾ ਹਾਂਜੀ ਉਗਰ ਸੈਨ ਕੋ ਰਾਜ ਹਾਂਜੀ ਉਹ ਉਹਦੀ ਉਹਦੀ ਵੀ ਪੰਕਤੀ ਆਉਂਦੀ ਹੈ ਆਪਣੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਚ ਹੈਨਾ ਉਗਰ ਸੈਨ ਕੋ ਰਾਜ ਅਬੇ ਭਗਤ ਤਨ ਜਾਂਦੀ ਹੈ ਵੀ ਭਗਤਾਂ ਨੂੰ ਸੁਖੀ ਕੀਤਾ ਉਹਨੂੰ ਮਾਰ ਕੇ ਹਾਂਜੀ ਤੇ ਜਿਹੜਾ ਗਾਂ ਆਉਂਦਾ ਹੁਣ ਜਰਾਸੰਧ ਜਿਹੜਾ ਕਾਂਸ ਸੀ ਕਾਂਸ ਦਾ ਸੌਰਾ ਸੀ ਜਰਾਸੰਧ ਹੂੰ ਉਨੇ ਉਹ ਜਦੋਂ ਫਿਰ ਕਾਂਸ ਨੂੰ ਖਤਮ ਕੀਤਾ ਤਾਂ ਉਹ ਦੁਸ਼ਮਣ ਹੋ ਗਿਆ तकरीबन 20 ਕੀ ਜੰਗਾ ਹੁੰਦੀਆਂ ਇਹਨਾਂ ਦੀਆਂ ਬਾਅਦ ਚ ਫਿਰ ਉਹ ਮਾਰਿਆ ਜਾਂਦਾ ਉਹਨੂੰ ਜਰਾਸੰਧ ਨੂੰ ਜਰਾਸੰਧ ਤਾਂ ਸਾਥੀ ਕਾਲਜ ਮੂਨ ਸੀ ਉਹਨੇ ਵੀ ਹਮਲਾ ਕੀਤਾ ਸੀ ਕ੍ਰਿਸ਼ਨ ਜੀ ਨੇ ਉਹਨੂੰ ਵੀ ਕ੍ਰਿਸ਼ਨ ਜੀ ਨੇ ਮਾਰਿਆ ਸੀ ਉਹ ਕਹਿੰਦੇ ਜਰਾਸੰਧ ਕਾਲਜ ਮੂਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਹੁਣ ਰਕਤ ਬੀਜ ਨੂੰ ਦੁਰਗਾ ਤੇ ਕਾਲੀ ਨੇ ਮਾਰਿਆ ਸੀ ਕਾਲ ਨੇਮ ਨੂੰ ਵਿਸ਼ਨੂੰ ਨੇ ਬਟੇ ਬਿਦਾਰੀ ਦਾ ਮਤਲਬ ਚੀਰਨਾ ਹਾਂਜੀ ਜਰਾ ਸੰਤ ਕਾਲਜ ਮਨਨ ਸੰਘਾਰੇ ਰਕਤ ਬੀਜ ਕਾ ਨੇਮ ਬਧਾਰੇ ਦੈਤ ਸੰਘਾਰ ਉਸ ਪਰਮਾਤਮਾ ਨੇ ਦੈਤਾਂ ਨੂੰ ਖਤਮ ਕਰਕੇ ਸੰਤਨ ਇਸਤਾਰੇ ਮਤਲਬ ਸੰਤਾਂ ਨੂੰ ਉਭਾਰਿਆ ਸੰਤਾਂ ਦੀ ਰੱਖਿਆ ਕੀਤੀ ਸੋ ਗੁਰੂ ਸਾਹਿਬ ਮਤਲਬ ਕ੍ਰਿਸ਼ਨ ਜੀ ਨੂੰ ਦੁਰਗਾ ਨੂੰ ਸੰਤ ਕਹਰੇ ਨੇ ਗੁਰੂ ਨਾਨਕ ਦੇਵ ਜੀ ਜਿਹਦੇ ਅੱਜ ਅਸੀਂ ਨੌ ਸੁਣ ਕੇ ਨਹੀਂ ਰਾਜੀ ਹੈਗੇ ਜਿਨ੍ਹਾਂ ਦੇ ਵੀ ਦੇਵਤਿਆਂ ਦੇ ਪੰਗਤੀਆਂ ਕਿਹੜੇ ਤਰੀਕੇ ਵਰਤਦੇ ਆ ਇਹ ਗੁਰੂ ਅਮਰਦਾਸ ਜੀ ਦੀ ਪੰਗਤੀ ਆ ਜੁਗਾ ਜੁਗਾ ਕੇ ਰਾਜੀ ਕੀਏ ਗਾਵੈ ਕਰ ਅਵਤਾਰੀ ਇਹ ਪੰਕਤੀ ਵਰਤ ਕੇ ਫਿਰ ਕੂੜ ਪ੍ਰਚਾਰ ਸ਼ੁਰੂ ਹੋ ਜਾਂਦਾ ਵੀ ਅਸੀਂ ਸਾਡੇ ਗੁਰੂਆਂ ਤੇ ਇਨਕਾਰ ਤੇ ਤਾਂ ਰਾਜੀ ਹੋਏ ਐ ਹੋਰ ਕੁਛ ਨਹੀਂ ਗੁਰੂ ਨਾਨਕ ਦੇਵ ਜੀ ਦੀ ਪੰਕਤੀ ਅੱਗੇ ਨਹੀਂ ਲਿਆਉਂਦੇ ਜ ਜਿਹਦੇ ਵਿੱਚ ਗੁਰਨਾਨਦ ਦੇਵ ਜੀ ਫਰਵਾਉਂਦੇ ਨੇ 10 ਅਵਤਾਰੀ ਰਾਮ ਰਾਜਾ ਆਇਆ ਦੇਤਾ ਮਾਰੇ ਧਾਇ ਹੁਕਮ ਸੁਭਾਇਆ ਹੁਣ 10 ਅਵਤਾਰ ਵਿਸ਼ਨੂੰ ਦੇ 10 ਅਵਤਾਰਾਂ 'ਚ ਆਉਂਦੇ ਨੇ ਰਾਮਚੰਦਰ ਜੀ ਕ੍ਰਿਸ਼ਨ ਜੀ ਉਹ ਅਵਤਾਰ ਵੀ ਕਹਿੰਦੇ ਨੇ ਰਾਜੇ ਵੀ ਕਹਿੰਦੇ ਨੇ ਕਹਿੰਦੇ ਵਿਸ਼ਨੂੰ ਦੇ 10 ਅਵਤਾਰਾਂ ਵਿੱਚ ਰਾਜਾ ਰਾਮਚੰਦਰ ਜੀ ਵੀ ਆਉਂਦੇ ਆ ਤੇ ਉਹਦੇ ਪ੍ਰਮਾਤਮਾ ਦੇ ਹੁਕਮ ਅਧੀਨ ਉਦੈਂਤਾ ਤੇ ਧਾਵੇ ਬੋਲ ਕੇ ਉਹਨਾਂ ਨੂੰ ਖਤਮ ਕਰਦੇ ਆ ਹਮ ਹੁਣ ਇਥੋਂ ਜਦ ਜੋਤ ਇੱਕ ਆਦਾ ਵਿਚਾਰ ਇੱਕ ਹੋਊਗੀ ਦੇਖਣ ਨੂੰ ਭਾਵੇਂ ਦੋ ਲੱਗੇ ਜਾਣ ਤੁਹਾਨੂੰ ਗਾਂਹ ਪੜਨਾ ਪਊ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਫਰਮਾਉਂਦੇ ਨੇ ਤਿੰਨ ਵੀ ਯੰਤ ਨਾ ਪਾਇਆ ਤਾਕ ਕਨੇ ਜੁਗਾ ਜੁਗਾ ਕੇ ਰਾਜੇ ਕੀਏ हे ਪ੍ਰਮਾਤਮਾ ਜਿਨ੍ਹਾਂ ਨੂੰ ਤੂੰ ਜੁਗਾ ਜੁਗਾ ਦੇ ਰਾਜੇ ਬਣਾਇਆ ਗਾਵੈ ਕਰ ਅਵਤਾਰੀ ਜਿਨ੍ਹਾਂ ਨੂੰ ਉਤਾਰਾਂ ਵਜੋਂ ਗਾਇਆ ਜਾ ਰਿਹਾ ਹੈ ਤਿੰਨ ਵੀ ਅੰਤ ਨਾ ਪਾਇਆ ਤਾਕ ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਇਆ ਕਿਆ ਕਰ ਆਖ ਵਿਚਾਰੀ ਫਿਰ ਮੈਂ ਤੇਰੇ ਵਿੱਚ ਬਾਰੇ ਵਿਚਾਰ ਕਰਕੇ ਕੀ ਆਖਾਂ ਕਿ ਤੂੰ ਕਿੰਨਾ ਕੁ ਬਿਆਨਤ ਹੈ ਹੁਣ ਜਦੋਂ ਅਸੀਂ ਆਹ ਤਰੀਕੇ ਉਦਾਹਰਣ ਦਿੰਨੇ ਆ ਜੇ ਅਸੀਂ ਕਹਿ ਦੀ ਆਹ ਬੋਰੀ ਦਾ ਫਲਾਣੇ ਪੁਲਵਾਨ ਤੋਂ ਨਹੀਂ ਚੱਕ ਹੋਈ ਮੈਂ ਕਿੱਥੋਂ ਚੱਕਦੇ ਆ ਅਸੀਂ ਇਹ ਨਖੇਦੀ ਨਹੀਂ ਕਰ ਰਹੇ ਹੁੰਦੇ ਉਹਦੀ ਉਤਮ ਦੀ ਉਦਾਹਰਣ ਦਿੰਨੇ ਹੁੰਦੇ ਆ ਸੋ ਗੁਰੂ ਨਾਨਕ ਦੇਵ ਜੀ ਵੀ ਇਹੀ ਪਰਮਾਉਂਦੇ ਨੇ 10 ਅਵਤਾਰੀ RAM ਰਾਜਾ ਆਇਆ ਦਇਤਾ ਮਾਰੀ ਤਾਏ ਹੁਕਮ ਸੁਆਇਆ ਈਸਮ ਹੈ ਸੇਵ ਕਿਨੀ ਅੰਤ ਨਾ ਪਾਇਆ ਸੋ ਸਾਰੀ ਗੱਲ ਪਰਮਾਤਮਾ ਦੇ ਬਿਆਨਤ ਹੋਣਦੀ ਹੈ ਗੁਰੂ ਗੋਬਿੰਦ ਸਿੰਘ ਜੀ 24 ਅਵਤਾਰ ਸ਼ੁਰੂ ਕਰਦੇ ਨੇ ਜਦ ਬਾਣੀ ਕਿਉਂਕਿ ਦੱਸਣ ਦੀ ਜ਼ਰੂਰਤ ਹੈ ਉਹ ਕਹਿੰਦੇ ਅਬ 24 ਉਚਰੂਗ ਅਵਤਾਰਾ ਜੈ ਬਤ ਰਤ ਤਨ ਕਾ ਲਖਾ ਖਾਰਾ ਤੇ ਫਿਰ ਸੱਤਵੇਂ ਬੰਦ ਚ ਜਾ ਕੇ ਫਰਮਾਉਂਦੇ ਨੇ ਜੋ 24 ਅਵਤਾਰ ਕਹਾਏ ਜਿਨ੍ਹਾਂ ਨੇ 24 ਅਵਤਾਰ ਕਹਾਇਆ ਤਿੰਨ ਵੀ ਤੁਮ ਪ੍ਰਭ ਤਨਕ ਨਾ ਪਾਏ ਉਹਨਾਂ ਨੇ ਵੀ ਤੇਰਾ ਰਤਾ ਜਿੰਨਾ ਵੀ ਭੇਦ ਨਹੀਂ ਪਾਇਆ ਸਾਰੀ ਗੱਲ ਮਤਲਬ ਪਰਮਾਤਮਾ ਦੇ ਬਿਆਨਤ ਹੋਣਦੀ ਹੈ ਤਿੰਨੇ ਗੁਰੂ ਸਾਹਿਬਾਂ ਦੀ ਸੋਚ ਇੱਕ ਹੈ ਤੇ ਇਹ ਇਹ ਤਰੀਕੇ ਮਤਲਬ ਪ੍ਰਚਾਰ ਕਰਕੇ ਜਿਹੜਾ ਅਰਥ ਬਦਲ ਕੇ ਆ ਨਾ ਪੈਕਣ ਚੂਜ਼ ਹੁੰਦਾ ਪੈਕਣ ਚੂਜ਼ ਹੁੰਦਾ ਹਾਂਜੀ ਕੰਟੀਨਿਉਟੀ ਜੋ ਪਤਾ ਲੱਗੇਗਾ ਵੀ ਅਸਲ ਹੈ ਕੀ ਤੁਸੀਂ ਹੁਣ ਜੇ ਦੇਖੋ ਨਾ ਇਹ ਜਿਹੜੇ ਖਿਲਾਫ ਬੋਲਣ ਵਾਲੇ ਸੀਗੇ ਜੇ ਇਹਨਾਂ ਨੂੰ ਕਹ ਦੋ ਭਾਈ ਮੋੜ ਚੋਂ ਸ਼ੁਰੂ ਹੋ ਜਾ ਤੇ ਸ਼ਬਦ ਤੋਂ ਸ਼ੁਰੂ ਹੋ ਜਾ ਗ੍ਰੰਥੀ ਸ਼ੁਰੂ ਕਰ ਲੋ ਪਾਠ ਤੇ ਸ਼ੰਕਾ ਪੈਣੀ ਨਹੀਂ ਸੀ ਹੁਣ ਉਹਨਾਂ ਨੂੰ ਪਤਾ ਵੀ ਅਸੀਂ ਇਹਨਾਂ ਨੇ ਗਾਂ ਲੀ ਪੰਗਤੀ ਵੀ ਪੜ੍ਹਨੀ ਨਹੀਂ ਹੈਗੀ ਹਾਂਜੀ ਦੂਜੀ ਪੌੜੀ ਤੋਂ ਭਗੋਤੀ ਦੀ ਕੀ ਪੜ੍ਹਨੀ ਆ ਹੂੰ ਸੋ ਇਹ ਹੀ ਅਸੀਂ ਆਪਣਾ ਨੁਕਸਾਨ ਆਪ ਹੀ ਕਰ ਰਹੇ ਹਾਂ ਜਿਹੜੇ ਸਾਡੇ ਖਿਲਾਫ ਬੋਲੇ ਬਾਣੀ ਦੇ ਉਹ ਲੋਕ ਮਹਿੰਗੇ ਮਹਿੰਗੇ ਸ਼ਹਿਰਾਂ ਚ ਕੋਠੀਆਂ ਬਣਾ ਕੇ ਬਹਿ ਗਏ ਹਾਂਜੀ ਸਾਡੇ ਪੈਸੇ ਦੇ ਨਾਲ ਕੋਈ ਹੋਰ ਕੌਮ ਨਹੀਂ ਹੈਗੀ ਜਿਹੜੀ ਮਤਲਬ ਆਪਦੇ ਪੱਲਿਓਂ ਪੈਸਾ ਦੇ ਕੇ ਵਿਰੋਧੀਆਂ ਨੂੰ ਸੈਟਲ ਕਰੇ ਹਾਂਜੀ ਵਪਾਰਕ ਸੰਦੇਸ਼ ਲੈ ਲਈਏ ਜੀ ਸਮਾਪ ਕਰਦੇ ਹਾਂ ਅੱਜ ਥੋੜਾ ਜਿਹਾ ਸਮਾਂ ਘੱਟ ਮਿਲਿਆ ਕਿਉਂਕਿ ਕੋਈ ਗੈਸਟ ਆਏ ਹੋਏ ਸੀ ਸਿਕੂ ਸਾਹਿਬ ਅਖੀਰ ਦੇ ਵਿੱਚ ਤੀਕ ਸੈਕਿੰਡ ਨੇ ਅੱਜ ਆਪਣੇ ਕੋਲ ਥੋੜਾ ਜਿਹਾ ਸਮਾਂ ਘਟਾ ਅੱਗੇ ਸੋਮਵਾਰ ਨੂੰ ਵੱਧ ਸਮਾਂ ਦੇਵਾਂਗੇ ਅਖੀਰ ਚ ਕੀ ਕਹਿਣਾ ਚਾਹ ਰਹੇ ਹਾਂ ਜੀ ਅਖੀਰ 'ਚ ਮਤਲਬ ਇਹੀ ਕਹਿਣਾ ਚਾਹਾਂਗਾ ਜੀ ਅਸਾਂ ਨੂੰ ਮੈਨੂੰ ਇੱਕ ਅਫਗਾਨੀ ਬੰਦੇ ਤੋਂ ਗੱਲ ਸੁਣਨ ਨੂੰ ਮਿਲੀ ਸੀਗੀ ਸੈਲਫੋਨ ਤੇ ਸ਼ਾਪ ਤੇ ਸੀ ਉਹ ਮੈਂ ਉਹ ਤੋਂ ਪੁੱਛਿਆ ਵੀ ਤੁਹਾਡੇ ਮਤਲਬ ਕੁਰਾਨ ਸ਼ਰੀਫ ਮਤਲਬ ਤੂੰ ਪੜ੍ਹੀ ਐ ਕਹਿੰਦਾ ਹਾਂ ਕਹਿੰਦਾ ਸਾਨੂੰ ਸਭ ਨੂੰ ਪੜ੍ਹਨੀ ਪੈਂਦੀ ਐ ਸਾਨੂੰ ਕਿਤੇ ਨਾ ਕਿਤੇ ਸਾਡੇ ਗ੍ਰੰਥਾਂ ਦੀ ਸਟੱਡੀ 'ਚ ਪੈਣਾ ਪੈਂਦਾ ਹੂੰ ਅਸੀਂ ਲੋਕਾਂ ਵਾਂਗਰ ਨਹੀਂ ਲੱਗ ਸਕਦੇ ਮੇਰੀ ਵੀ ਗੱਲ ਨੂੰ ਸੱਚੀ ਨਾ ਬਿਲਕੁਲ ਪੜੋ ਆਪ ਆਪ ਕਰੋ ਹਾਂਜੀ ਤੇ ਫਿਰ ਮੈਂ ਇਹਨਾਂ ਨੂੰ ਬਹੁਤ ਚਿਰ ਦਾ ਕਹਿੰਦਾ ਰਿਹਾ ਵੀ ਗ੍ਰੰਥ ਵਾਲਾ ਨੂੰ ਕਲੰਡਰ ਦੇ ਹੱਕ ਵਾਲਿਆਂ ਨੂੰ ਵੀ ਬਾਹਰ ਆਜੋ ਸੰਗਤ ਦੇ ਵਿੱਚ ਜਤ ਹਰ ਛੱਡ ਕੇ ਆਪਾਂ ਆਜੋ ਸੈਮੀਨਾਰ ਕਰ ਲਓ ਬਹਿ ਜਾਓ ਫੇਸ ਟੂ ਫੇਸ ਹਾਂ ਜਿਹਤਰੋਂ ਪਾਕਿਆਂ ਦੀ ਜਿਆਦਾ ਸ਼ੰਕਾ ਆ ਜਿਹੜੀ ਮਰਜੀ ਕਹਾਣੀ ਦੋ ਮੈਂ ਸੁਣਾਉ ਮੈਂ ਜਿਹੜੀ ਕਹਾਣੀ ਦੇਣੀ ਆ ਇਹਨਾਂ ਨੂੰ ਸੁਣਾਉਣੀ ਪਊਗੀ ਭਾਵ ਅਰਥਾਂ ਤੱਕ ਜਾਣਾ ਪਊਗਾ ਇੱਕ ਇੱਕ ਰੱਖ ਲੈਣ ਇੱਕ ਖਾਣੀ ਮੈਨੂੰ ਦੇ ਦੇਣ ਇੱਕ ਖਾਣੀ ਮੈਂ ਨਾ ਉਹ ਦੇ ਦੂੰ ਛੋਟੀਆਂ ਤੋਂ ਸ਼ੁਰੂ ਹੋਵਾਂਗੇ 50 ਬੰਦਾਂ ਤੋਂ ਥੱਲੇ ਤੇ ਫਿਰ ਦੇਖ ਲਵੇ ਸੰਗਤ ਇਧਰ ਨੂੰ ਹੋਵੇ ਇੰਨਾਂ ਵੱਲੋਂ ਕੱਲਾ ਫੇਸਬੁੱਕ ਤੇ ਲਿਖ ਕੇ ਕੀ ਫੈਲਾ ਫੇਸਬੁੱਕ ਤੇ ਸਬਜੀ ਸੈਕ੍ਰਮੈਂਟਾ ਕੈਲੰਡਰ ਵਾਲਾ ਉਹਨੂੰ ਮੈਂ ਪਤਾ ਨਹੀਂ ਕਿੰਨਾ ਚਿਰ ਦਾ ਕਹਿੰਦਾ ਰਹਿ ਆ ਵੀ ਫੇਸਬੁੱਕ ਚੋਂ ਬਾਹਰ ਆ ਜਾ ਫੇਸਬੁੱਕ ਚੋਂ ਬਾਹਰ ਸੰਗਤ ਚ ਗੱਲ ਕਰਦੇ ਹਾਂ ਕੋਈ ਆਉਂਦਾ ਹੀ ਨਹੀਂ ਹੈਗਾ ਜੀ ਸਾਹਮਣੇ ਕਰੀਏ ਕੀ ਫਿਰ ਹਾਂਜੀ ਦੂਜੇ ਪਾਸੇ ਕਈ ਇਥੇ মিডিਆ ਵਾਲੇ ਜਾਂ ਅਖਬਾਰਾਂ ਜਾਂ ਹੋਰ ਉਹ ਦੂਜਾ ਕੂੜ ਪ੍ਰਚਾਰ ਗੁਰਦੁਆਰਿਆਂ ਚ ਕੂੜ ਪ੍ਰਚਾਰ ਹੋ ਤੋ ਉਧਰ ਨੂੰ ਮਤਲਬ ਡਿਸਕਸ਼ਨ ਵੀ ਹੋ ਸਕਦੀ ਹੈ ਅਸੀਂ ਲਿਸਨਰ ਦੇ ਤੌਰ ਤੇ ਬੈਠ ਸਕਦੇ ਹਾਂ ਦੋਨੇ ਤਰ੍ਹਾਂ ਤੋਂ ਹਾਂ ਬਈ ਦੱਸੋ ਜੀ ਪਰ ਜਿਹੜੇ ਬੰਦੇ ਨੇ ਚੀਟਿੰਗ ਕਰਨੀ ਹੁੰਦੀ ਆ ਉਹ ਬੈਣ ਲਈ ਹਮੇ ਨਹੀਂ ਭਰਦਾ ਹੁੰਦਾ ਹੂੰ ਉਹ ਉਹ ਕਦੇ ਵੀ ਹੁਣ ਇਹਨਾਂ ਨੇ ਜਸਵਿੰਦਰ ਸਿੰਘ ਦਬਈ ਆ ਹੂੰ ਉਦੋਂ ਜਦੋਂ ਆਪਣੇ ਲਈ ਕਿਤਾਬ ਆਈ ਇਹਦੀ ਆਈ ਆ ਉਹ ਕਹਿੰਦਾ ਮੈਂ ਜਿਹੜਾ ਵੀ ਕਹਿੰਦਾ ਇਹਨੂੰ ਗੁਰਗੋਵ ਸਿੰਘ ਦਾ ਗ੍ਰੰਥ ਸਿੱਧ ਕਰੂਗਾ ਕਹਿੰਦਾ ਮੈਂ 5 ਕਰੋੜ ਰੁਪਈਆ ਦੂੰਗਾ ਇਹ ਗ੍ਰੰਥ ਪੁਰਾਣਾ ਚਾਹੁੰਦਾ ਹੂੰ ਮੈਂ ਕਹਿੰਦੀ ਤੁਸੀਂ ਇਦਾਂ ਕਰਨ 1.5 ਕਰੋੜ ਰੁਪਇਆ ਚੱਕ ਲਿਓ ਉਹਨੂੰ ਕਹਦੇ ਹੋ ਹਮ ਨਾਲੇ ਪ੍ਰਾਣ ਚੱਕ ਲਿਆਵੇ ਸਾਡੀ ਅਰਦਾਸ ਕਿਹੜੀ ਪ੍ਰਾਣ ਚੁ ਲੈਉਣਗੇ ਹਾਂਜੀ ਮੈਂ ਸਿੱਧ ਕਰਦਾ ਵੀ ਗੁਰੂ ਗੋਬਿੰਦ ਸਿੰਘ ਤੁਸੀਂ ਸਿੱਧ ਕਰੋ ਪ੍ਰਾਣਾ ਚੋਂ ਆਉਂਦਾ ਹਾਂਜੀ ਤੇ ਕੋਈ ਨਹੀਂ ਆਇਆ ਹੁਣ ਪਾਲ ਸਿੰਘ ਪੁਰੇਵਾਲ ਦੀ ਧਿਰ ਸਤਪਾਲ ਸਿੰਘ ਪੁਰੇਵਾਲ ਜਾਂ ਹੋਰ ਉਹ 5 ਲੱਖ ਕਹਿੰਦੇ ਸੀ ਜਿਹੜਾ ਕੈਲੰਡਰ ਗਲਤ ਸਿੱਧ ਕਰੂ ਮੈਂ ਕਹਿੰਦਾ ਹੁੰਦਾ ਸੀ ਵੀ 5 ਲੱਖ ਡਾਲਰ ਦਾ ਸਹੀ ਬੈਂਕ ਡਰਾਫਟ ਲਿਆਵੋ ਮੇਰੇ ਨਾਂ ਦਾ ਤੇ ਤਿੰਨ ਕੈਨੇਡੀਅਨ ਜੱਜ ਲਿਆਵੋ ਗੋਰੇ ਲਿਆਵੋ ਚਾਹੀ ਉਹਨਾਂ ਦੇ ਡਰਾਫਟ ਹੱਥਾਂ 'ਚ ਫੜਾਵੋ ਤੇ ਇੱਕ ਮਾਈਕ ਜੱਜ ਸਾਹਿਬਾਂ ਨੂੰ ਦੇਵੋ ਕਪਾਲ ਸਿੰਘ ਪUREਵਾਲ ਨੂੰ ਇੱਕ ਮੈਨੂ ਦੇਵੋ ਫਿਰ ਦੇਖ ਲੈਨੇ ਕੀ ਬਣਦਾ ਹੁਣ ਪਾਲ ਸਿੰਘ ਪUREਵਾਲ ਹੁਣ ਨਹੀਂ ਰਿਹਾ ਪਰ ਮੇਰੀ ਕਿਤਾਬ ਆਉਣੀ ਹੈ ਅੱਗੇ ਮੈਂ ਉਹਨਾਂ ਦੀ ਨਿੱਜੀ ਜੀਵਨ ਤੇ ਕੋਈ ਨਹੀਂ ਗੱਲ ਕੀਤੀ ਹੋਈ ਕੰਮ ਤੇ ਕੀਤੀ ਹੋਈ ਆ ਤੇ ਉਹਨਾਂ ਦੇ ਕੰਮ ਦੇ ਜਿਹੜੇ ਹੈਗੇ ਆ ਅੱਜ ਵੀ ਉਹਨਾਂ ਨੂੰ ਸਪੋਰਟ ਕਰਨ ਵਾਲੇ ਸਰਬਜੀ ਸੈਕਰਮੈਂਟੋ ਆ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਆ ਉਹਨਾਂ ਨੂੰ ਇੱਕ ਪਾਸੇ ਲਾਇਆ ਉਹਨੂੰ ਦੂਸਰੇ ਪਾਸੇ ਮਾਇਆ ਜਾਂ ਪਰ ਇਹ ਤਾਂ ਹੋਈ ਨਹੀਂ ਮੈਂ ਤਾਂ ਮੈਨੂੰ ਤਾਂ ਲਿਖਾਰੀ ਇਹਨਾਂ ਲੋਕਾਂ ਨੇ ਬਣਾਇਆ ਜੇ ਤਾਂ ਪਹਿਲਾਂ ਹੀ ਹਾਂ ਜੀ ਡਿਸਕਸ਼ਨਾਂ ਹੋ ਜਾਂਦੇ ਲਿਖਣਾ ਹੀ ਨਹੀਂ ਸੀ ਮੈਂ ਤਾਂ ਖੁਸ਼ ਆ ਹਾਂਜੀ ਅਗਲੇ ਸੋਮਵਾਰ ਫੇਰ ਮਿਲਦੇ ਆਂ ਜੀ ਧੰਨਵਾਦ ਬਹੁਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਚਨ ਸਿੰਘ ਸਿੱਖ ਉਹਨਾਂ ਦੀ ਗੱਲ ਠੀਕ ਹੈ ਵੀ ਲੋਕ ਮੂਹਰੇ ਬੈਠ ਨਾਲ ਉਹ ਨਿਰਣਾ ਕਰ ਲੈਣ ਤੇ ਅਸੀਂ ਡਿਸਕਸ਼ਨ ਕਰ ਲੈਣੇ ਆ ਅਸੀਂ ਤਾਂ ਸੁਣਨ ਵਾਲੇ ਆ ਐਕਸਪਰਟ ਬੈਠ ਜਾਣ ਦੋ ਵੈਸੇ ਤਾਂ ਗੱਲ ਤਾਂ ਇੱਥੋਂ ਹੀ ਹੋਣੀ ਆ ਫਿਰ ਤੇ ਅਗਲੇ ਸੋਮਵਾਰ ਫੇਰ ਆ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ